देख रहे हो सारे दर्शकों मेरे लो प्यार भरी सत श्री अकाल तुहाडा स्वागत प्रोग्राम अज दा मुद्दा दे विच मैं तुहाडी होस्ट आशमिता सब तो पहले सारियां नूं मैं लाइव प्रोग्राम दे विच स्वागत करदी हां मैं तुहानूं इह दसना चाहुंदी हां कि ऑफकोर्स मैं हले भी दिल्ली हां इत्थे कवरेज लई पहुंची हां लगभग महीना हो गया इत्थे आए हुए ऑन द ग्राउंड तुहाडे नाल रिपोर्टिंग दे रहे हां थोड़ी जी मैं चीजां अज दे प्रोग्राम बारे तुहानूं पहले तो ही दसना चाहुंदी हां ऑफकोर्स तुहाडे नाल साडा हमेशा इदां दा ही रिश्ता रहा है कि बिल्कुल ट्रांसपेरेंट ते ऑनेस्ट चीज तुहाडे नाल रखदे हां ते जिस तरह फील्ड रिपोर्टिंग कर रहे हां ते कदी कभार फील्ड रिपोर्टिंग दे विच फील्ड तो रिपोर्टिंग करनी पैंदी है ते टेक्निकल सानू जो भी सिचुएशन हुंदी है उहदा बेस्ट आपां बना के तुहाडे नाल प्रोग्राम पेश कर रहे हां अज भी मैं जो मेरी लोकेशन है उत्थों ही प्रोग्राम पेश कर रही हां स्टूडियो नहीं हैगी ग्राउंड ते नहीं हां गैस्ट साडे नाल जुड़नगे तुहाडी कॉल्स भी आपां लवांगे बट मैं तुहानूं सिर्फ इह कहना चाहुंदी हां साडी टैक टीम जो साडा बहुत साथ दिंदी है जो भी सिचुएशन हुंदी है वह मतलब साडे लई सोल्यूशन लभ के मेक श्योर करदे है कि प्रोग्राम दे विच कोई अड़चन ना आए ते जो प्रोग्राम दी आपां कह सकदे हां मेन चीज़ां हैंगी जिस तरह तुहाडी पार्टिसिपेशन ਉਹਦੇ ਵਿੱਚ ਕੋਈ ਇਸ਼ੂ ਨਾ ਆਏ ਸੋ ਅੱਜ ਤੁਸੀਂ ਜ਼ਰੂਰ ਫੋਨ ਕਾਲਸ ਕਰਿਓ ਅਗਰ ਤੁਹਾਨੂੰ ਫੋਨ ਕਾਲਸ ਦੇ ਵਿੱਚ ਕੋਈ ਇਸ਼ੂ ਆਉਂਦਾ ਆਪਾਂ ਉਹਨੂੰ ਰਿਜ਼ੋਲਵ ਕਰਾਂਗੇ ਮੇਰੀ ਟੈਕ ਟੀਮ ਨਿਊਯਾਰਕ ਦੇ ਵਿੱਚ ਤੁਹਾਡੀ ਫੋਨ ਕਾਲਸ ਐਕਸੈਪਟ ਕਰਕੇ ਸਾਡੇ ਨਾਲ ਪੈਚ ਥਰੂ ਕਰਨਗੇ ਤੁਸੀਂ ਆਪਣੇ ਕਮੈਂਟਸ ਜ਼ਰੂਰ ਰੱਖ ਸਕਦੇ ਹੋ ਨਾਓ ਮੂਵਿੰਗ ਆਨ ਟੂ ਦ ਪ੍ਰੋਗਰਾਮ ਆਫਕੋਰਸ ਇਸ ਮੋਰਚੇ ਨੂੰ ਲੈ ਕੇ ਸਾਰਿਆਂ ਦੀ ਆਪਾਂ ਕਹਿ ਸਕਦੇ ਹਾਂ ਨਜ਼ਰਾਂ ਇਨ ਬੈਠਕਸ ਤੇ ਹੋ ਰਹੀਆਂ ਜਿੱਥੇ ਇੰਡੀਆ ਮੈਂ ਹੈਗੀ ਅੱਜ 20 ਤਰੀਕ ਦੀ ਸਵੇਰ ਹੋ ਚੁੱਕੀ ਹੈ ਅੱਜ ਇੱਕ ਹੋਰ ਮੀਟਿੰਗ ਰੱਖੀ ਗਈ ਹੈ ਇਹ ਮੀਟਿੰਗ ਕੱਲ ਦੀ ਸੀਗੀ 19 ਤਰੀਕ ਦੀ ਨੂੰ ਪੋਸਟਪੋਨ ਕੀਤਾ ਗਿਆ ਕੱਲ ਹਾਊਐਵਰ ਯੈਸਟਰਡੇ ਜੋ ਤੁਹਾਡੀ ਅੱਜ ਸ਼ਾਮ ਪੈ ਗਈ ਹੈ 19 ਤਰੀਕ ਦੀ ਦਿੱਲੀ ਪੁਲਿਸ ਤੇ ਇੱਥੇ ਜੋ ਆਪਣੇ ਕਿਸਾਨ ਆਗੂ ਹਨ ਉਹਨਾਂ ਦੇ ਵਿੱਚ ਇੱਕ ਮੀਟਿੰਗ ਰਹੀ ਸੀ ਜਿਹਦੇ ਵਿੱਚ ਉਹਨਾਂ ਨੇ ਇਹ ਡਿਸਕਸ਼ਨ ਕੀਤੀ ਕਿ 26 ਤਰੀਕ ਨੂੰ ਕਿਸ ਤਰ੍ਹਾਂ ਅਗਰ ਇਹ ਮੋਰਚੇ ਨੂੰ ਦਿੱਲੀ ਦੇ ਵਿੱਚ ਐਂਟਰੀ ਕਰਨ ਦਿੰਦੇ ਕਿਸ ਤਰ੍ਹਾਂ ਉਹ ਹੋਏਗੀ ਤੇ ਆਫਕੋਰਸ ਜੋ ਲਾਸਟ ਅਪਡੇਟ ਸਾਡੇ ਕੋਲ ਪਹੁੰਚੀ ਸੀ ਕਿ ਦਿੱਲੀ ਪੁਲਿਸ ਨੇ ਇਹੀ ਕਿਹਾ ਕਿ ਦੇਖੋ ਜੀ ਤੁਸੀਂ ਦਿੱਲੀ ਅੰਦਰ ਤਾਂ ਨਹੀਂ ਵੜ ਸਕਦੇ ਤੇ ਕਿਸਾਨ ਆਗੂਆਂ ਨੇ ਕਿਹਾ ਕਿ ਅੰਦਰ ਤਾਂ ਆਪਾਂ ਆਉਣਾ ਹੀ ਹੈ ਸੋ ਇਸ ਚੀਜ਼ ਨੂੰ ਲੈ ਕੇ ਇੱਕ ਹੋਰ ਪੁਲਿਸ ਦੇ ਨਾਲ ਤੇ ਕਿਸਾਨ ਆਗੂਆਂ ਦੇ ਨਾਲ ਵੀ ਅੱਜ ਮੀਟਿੰਗ ਹੈਗੀ ਐਂਡ ਸਰਕਾਰ ਦੇ ਨਾਲ ਤੇ ਆਗੂਆਂ ਦੇ ਨਾਲ ਇੱਕ ਹੋਰ ਮੀਟਿੰਗ ਤੈਅ ਕੀਤੀ ਗਈ ਹੈ ਤੇ ਦੇਖ ਰਿਹਾ ਕਿਸ ਤਰ੍ਹਾਂ ਇਹ ਚੀਜ਼ਾਂ ਪਲੇ ਆਊਟ ਹੁੰਦੀਆਂ ਬਟ ਇੱਕ ਚੀਜ਼ ਜਿਹਦੇ ਤੇ ਜ਼ਿਆਦਾ ਲੋਕਾਂ ਦੀ ਅਟੈਂਸ਼ਨ ਨਹੀਂ ਹੈਗੀ ਐਂਡ ਮੈਨੂੰ ਬਹੁਤ ਖੁਸ਼ੀ ਹੋ ਰਹੀ ਹੈ ਜੋ ਸਾਡੇ ਗੈਸਟ ਹਨ ਕਿ ਉਹਨਾਂ ਦੀ ਸਖ਼ਤ ਨਿਗਰਾਨੀ ਇਸ ਚੀਜ਼ ਤੇ ਹੈਗੀ ਉਹਨਾਂ ਦੀ ਬੈਕਗਰਾਉਂਡ ਇਸ ਚੀਜ਼ ਤੇ ਹੈਗੀ ਉਹ ਹੈਗੀ ਇੰਡੀਆ ਦੀ ਇਕੋਨਮੀ ਇੰਡੀਆ ਦੀ GDP ਗਰੋਸ ਡੋਮੈਸਟਿਕ ਪ੍ਰੋਡਕਟ ਜਦੋਂ GDP ਦੀ ਗੱਲ ਆਉਂਦੀ ਹੈ ਹਰ ਇੱਕ ਦਾ ਇਹੀ ਮਤਲਬ ਨੋਸ਼ਨ ਆਉਂਦਾ ਦਿਮਾਗ 'ਚ ਕਿ ਦੇਖੋ ਜੀ GDP ਡਿਟਰਮਿਨ ਕਰਦੀ ਕਿ ਕੰਟਰੀ ਅਗਰ ਇੱਕ ਇੱਕ ਮੁਲਕ ਨੂੰ ਇੱਕ ਕੰਪਨੀ ਦੇ ਨਾਲ ਕੰਪੇਅਰ ਕੀਤਾ ਜਾਏ ਫੋਰ ਐਗਜ਼ਾਮਪਲ GDP ਤੁਹਾਨੂੰ ਦੱਸਦੀ ਹੈ ਮੁਲਕ ਕਿੰਨਾ ਕੁ ਪ੍ਰੋਫਿਟੇਬਲ ਹੈ ਇਹ ਮੁਲਕ ਗ੍ਰੀਨ ਵਿੱਚ ਜਾ ਰਿਹਾ ਜਾਂ ਰੈੱਡ ਵਿੱਚ ਜਾ ਰਿਹਾ ਇਸ ਮੁਲਕ ਦੀ ਫਾਈਨੈਂਸ਼ੀਅਲ ਕੀ ਹੈਲਥ ਹੈਗੀ ਰਾਈਟ ਇਹ GDP ਆਪਾਂ ਬਾਰੇ ਸੋਚਦੇ ਹਾਂ ਆਫਕੋਰਸ ਜਿੱਥੇ ਕੋਵਿਡ ਨੇ ਪਿਛਲੇ ਸਾਲ ਪੂਰੀ ਦੁਨੀਆ ਦੀ GDP ਨੂੰ ਇੰਪੈਕਟ ਕੀਤਾ ਨੈਗੇਟਿਵਲੀ ਹੁਣ ਸਾਨੂੰ ਕਾਫੀ ਕੰਟਰੀਜ਼ ਵਿੱਚ ਇੱਕ ਬਾਉਂਸ ਬੈਕ ਵੇਖਣ ਨੂੰ ਮਿਲ ਰਿਹਾ ਅਗਰ ਤੁਸੀਂ ਚਾਈਨਾ ਦਾ ਐਗਜ਼ਾਮਪਲ ਲੈ ਲਓ ਚਾਈਨਾ ਨੇ ਬਾਉਂਸ ਬੈਕ ਕੀਤਾ ਹੈ ਹੌਲੀ ਹੌਲੀ ਅਮੈਰੀਕਾ ਵੀ ਬਾਉਂਸ ਬੈਕ ਕਰ ਰਿਹਾ ਬਟ ਇੰਡੀਆ ਦੀ GDP ਕਾਫੀ ਆਪਾਂ ਕਹਿ ਸਕਦੇ ਹਾਂ ਵਰੀਸਮ ਸਾਨੂੰ ਦਿਖ ਰਹੀ ਹੈ ਸੋ ਇਸ ਚੀਜ਼ ਨੂੰ ਲੈ ਕੇ ਸਾਡੇ ਆਪਾਂ ਕਹਿ ਸਕਦੇ ਹਾਂ ਐਕਸਟੀਮਡ ਗੈਸਟ ਸਾਡੇ ਨਾਲ ਜੁੜਦੇ ਰਹਿੰਦੇ ਹੈ ਬਹੁਤ ਲਗਾਵ ਰੱਖਦੇ ਹੈ ਨਾ ਕਿ ਸਿਰਫ ਪੰਜਾਬੀ ਪੰਜਾਬੀਅਤ ਤੇ ਇਕਨੋਮਿਕਸ ਦੀ ਫੀਲਡ ਦੇ ਨਾਲ ਮੈਂ ਉਹਨਾਂ ਨੂੰ ਇੱਕ ਵਾਰੀ ਫਿਰ ਪ੍ਰੋਗਰਾਮ ਦੇ ਵਿੱਚ ਸਵਾਗਤ ਕਰਨਾ ਚਾਹਾਂਗੀ ਡਾਕਟਰ ਗਿਆਨ ਸਿੰਘ ਜੀ ਸਭ ਤੋਂ ਪਹਿਲੇ ਡਾਕਟਰ ਗਿਆਨ ਜੀ ਤੁਹਾਡਾ ਪ੍ਰੋਗਰਾਮ ਦੇ ਵਿੱਚ ਸਵਾਗਤ ਸਤਿ ਸ਼੍ਰੀ ਅਕਾਲ ਸ਼ੁਕਰੀਆ ਜੀ 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 ਇਟਸ ਆਲਵੇਜ਼ ਅ ਪਲੇਜ਼ਰ ਟੂ ਹੈਵ ਯੂ ਡਾਕਟਰ ਸਾਹਿਬ ਫਾਰਮਰ ਪ੍ਰੋਫੈਸਰ ਡਿਪਾਰਟਮੈਂਟ ਆਫ ਇਕਨੋਮਿਕਸ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੁਸੀਂ ਇਸ ਮੋਰਚੇ ਦੇ ਵਿੱਚ ਹਰ ਇੱਕ ਚੀਜ਼ ਦੀ ਵੱਖ ਵੱਖ ਅਪਡੇਟਸ ਰੱਖਦੇ ਵੀ ਹੋ ਤੇ ਸਾਡੇ ਨਾਲ ਸਾਂਝੀ ਵੀ ਕਰਦੇ ਹੋ ਵੀ ਅਪਰੀਸ਼ੀਏਟ ਦੈਟ ਬਟ ਤੁਹਾਡਾ ਰੀਸੈਂਟ ਇਹ ਆਰਟੀਕਲ ਜੋ ਆਇਆ ਦ ਸਿਟੀਜ਼ਨ ਪਬਲੀਕੇਸ਼ਨ ਦੇ ਵਿੱਚ ਜਿਹਦੇ ਵਿੱਚ ਤੁਸੀਂ ਇੰਡੀਆ ਦੇ GDP ਨੂੰ ਲੈ ਕੇ ਬਹੁਤ ਡੀਟੇਲਡ ਅਨਾਲਿਸਿਸ ਕੀਤੀ ਹੈ ਸਭ ਤੋਂ ਪਹਿਲੇ ਸਰ ਯੂ ਨੋ ਬਿਫੋਰ ਵੀ ਗੈਟ ਇਨ ਟੂ ਦ ਡੀਟੇਲਸ ਜਿੱਥੇ ਇੰਡੀਆ ਦੀ ਇਕੋਨਮੀ ਦੀ ਗੱਲ ਆਉਂਦੀ ਹੈ ਮੈਂ ਤੁਹਾਡੇ ਤੋਂ ਇਹੀ ਪੁੱਛਣਾ ਚਾਹਾਂਗੀ ਕਿ ਐਗਰੀਕਲਚਰ ਜੋ ਖੇਤੀਬਾੜੀ ਦੀ ਇੰਡਸਟਰੀ ਹੈਗੀ ਇੰਡੀਆ ਦੀ ਇਕੋਨਮੀ ਦੇ ਵਿੱਚ ਕਿੰਨਾ ਕੁ ਹਿੱਸਾ ਲੈਂਦੀ ਹੈ ਦੇਖੋ ਬੇਟਾ ਗੱਲ ਇਹ ਹੈਗੀ ਪਹਿਲੀ ਗੱਲ ਤਾਂ ਜਿੰਨੇ ਇਸ ਪ੍ਰੋਗਰਾਮ ਨੂੰ ਦੇਖ ਰਹੇ ਮੈਂ ਦੱਸਦਾ GDP ਦਾ ਮੀਨਿੰਗ ਹੁੰਦਾ ਇਹ ਗੁੱਡਸ ਐਂਡ ਸਰਵਿਸ ਜਿੰਨੇ ਪ੍ਰੋਡਿਊਸ ਹੋਏ ਉਹਨਾਂ ਦੀ ਵੈਲਿਊ ਕਿੰਨੀ ਹੈਗੀ ਇਹ ਇਸ ਤੋਂ ਬਾਅਦ ਫਿਰ ਅੱਗੇ ਉਹ ਡਿਟਰਮਿਨ ਕਰਦਾ ਕਿ ਜਿਹੜੀ ਉਹ ਵੈਲਿਊ ਹੈ
ਉਹ ਕਿਸ ਤਰ੍ਹਾਂ ਸ਼ੇਅਰ ਹੋ ਰਹੀ ਹੈ ਕਿ ਵੱਖ ਵੱਖ ਸੈਕਸ਼ਨ ਆਫ ਪੀਪਲ ਦੇ ਵਿੱਚ, ਅਤੇ ਜਿਹੜਾ ਤੁਸੀਂ ਕਹਿੰਦੇ ਹੋ ਕਿ ਇੰਡੀਆ ਦੇ ਵਿੱਚ ਐਗਰੀਕਲਚਰ ਜੀ ਡੀ ਪੀ 'ਚ ਕੀ ਕੰਟਰੀਬਿਊਟ ਕਰ ਰਿਹਾ ਹੈਗਾ, ਨਹੀਂ ਇਹ ਨਹੀਂ ਹੈ ਗੱਲ, ਗੱਲ ਹੈ ਕਿ ਐਗਰੀਕਲਚਰ ਦੇ ਵਿੱਚ 50% ਪਾਪੂਲੇਸ਼ਨ ਇੰਡੀਆ ਦੀ ਡਿਪੈਂਡੈਂਟ ਹੈ, ਉਹਨੂੰ ਜੀ ਡੀ ਪੀ ਦੇ ਵਿੱਚੋਂ ਕੀ ਦਿੱਤਾ ਜਾ ਰਿਹਾ ਹੈਗਾ, ਉਹਦਾ ਸ਼ੇਅਰ ਜਿਹੜਾ ਹੈਗਾ ਇਹ 1951 ਸਾਡੀ 82% ਪਾਪੂਲੇਸ਼ਨ ਡਿਪੈਂਡੈਂਟ ਸੀ ਐਗਰੀਕਲਚਰ 'ਚ, ਅਤੇ ਉਹਨੂੰ ਨੈਸ਼ਨਲ ਇਨਕਮ ਜਾਂ ਜੀ ਡੀ ਪੀ 'ਚੋਂ 55% ਹਿੱਸਾ ਦਿੱਤਾ ਜਾਂਦਾ ਸੀ। ਹੁਣ ਸਾਡੀ 50% ਦੇ ਲਗਭਗ ਪਾਪੂਲੇਸ਼ਨ ਐਗਰੀਕਲਚਰ ਸੈਕਟਰ 'ਤੇ ਡਿਪੈਂਡੈਂਟ ਹੈ, ਪਰ ਉਹਨੂੰ ਜੀ ਡੀ ਪੀ ਦੇ ਵਿੱਚੋਂ ਸਿਰਫ 16% ਹਿੱਸਾ ਦਿੱਤਾ ਜਾਂਦਾ ਹੈ। ਇਹ ਸਰਕਾਰੀ ਅੰਕੜੇ ਨੇ, ਉਹ ਕੰਟਰੀਬਿਊਟ ਤਾਂ ਬਹੁਤ ਕਰਦੇ ਨੇ ਪਰ ਉਹਦਾ ਹਿੱਸਾ ਜਿਹੜਾ ਹੈਗਾ ਉਹਨਾਂ ਨੂੰ ਬਹੁਤ ਹੀ ਘੱਟ ਮਿਲ ਰਿਹਾ ਹੈਗਾ। ਜੀ ਸਰ, ਜਿੱਥੇ ਇਹ ਹਿੱਸੇ ਦੀ ਗੱਲ ਆਉਂਦੀ ਹੈ, ਕੰਟਰੀ ਦੀ ਅੱਧ ਤੋਂ ਵੱਧ ਪਾਪੂਲੇਸ਼ਨ ਇਸ ਇੰਡਸਟਰੀ ਵਿੱਚ ਜੁੜੀ ਹੋਈ ਹੈ, ਤੇ ਇਹ ਹਿੱਸਾ ਜਾ ਕਿੱਥੇ ਰਿਹਾ ਫਿਰ? ਇਹ ਬੇਟੇ ਜਿਹੜਾ ਹੈਗਾ ਤੁਹਾਡੇ ਦੇਸ਼ ਦੇ ਵਿੱਚ ਇੱਕ ਨੋਬਲ ਪ੍ਰਾਈਜ਼ ਵਿਨਰ ਹੈ ਜਿਹਦਾ ਨਾਮ ਸਟੇਗਲਿਟਜ਼ ਹੈਗਾ, ਇਹ ਇੱਕ ਫਰਾਂਸ ਦੇ ਵਿੱਚ ਬਹੁਤ ਵੱਡਾ ਇਕੋਨੋਮਿਸਟ ਹੈ, ਯੰਗ ਇਕੋਨੋਮਿਸਟ ਜਿਹਦਾ ਨਾਮ ਥੋਮਸ ਪਿਕਟੀ ਹੈਗਾ। ਇਹਨਾਂ ਦੋਨਾਂ ਦਾ ਜਿਹੜਾ ਐਨਾਲਿਸਿਸ ਹੈ ਉਹਦੇ ਮੁਤਾਬਕ ਇਹ ਹਿੱਸਾ ਉੱਪਰਲੇ 1% ਕੋਲ ਜਾ ਰਿਹਾ, ਬਾਕੀ ਦੇ 99% ਸਲਾਈਡ ਡਾਊਨ ਕੀਤੇ ਜਾ ਰਹੇ ਨੇ। ਇਸ ਲਈ ਉੱਪਰਲੇ 1% ਤੇ ਖਾਸ ਕਰਕੇ 0.1% ਜਿਹੜੇ ਹੈਗੇ ਇਹ ਹਿੱਸਾ ਉੱਧਰ ਨੂੰ ਜਾ ਰਿਹਾ ਹੈਗਾ। ਜੀ, ਇਹ ਚੀਜ਼, ਇਹ ਜੋ ਤੁਸੀਂ ਡਿਸਟਿੰਕਸ਼ਨ ਸਾਡੇ ਲਈ ਰੱਖੀ ਹੈਗੀ 99% ਵਰਸਸ 1%, ਇਹ US ਵਿੱਚ ਕਾਫੀ ਕਾਮਨ ਚੀਜ਼ ਹੈ, ਸਾਨੂੰ ਕਾਫੀ ਵਾਰ ਸੁਣਨ ਨੂੰ ਮਿਲਦੀ ਹੈ। ਆਈ ਨੋ ਸਾਡਾ ਸਾਰਿਆਂ ਦਾ ਧਿਆਨ ਇਸ ਵੇਲੇ ਇੰਡੀਅਨ ਪੋਲਿਟਿਕਸ ਤੇ ਡਟ ਕੇ ਲੱਗਿਆ ਹੋਇਆ, ਬਟ ਅਗਰ ਮੈਂ ਆਪਣੇ ਵਿਊਅਰਸ ਨੂੰ ਰਿਮਾਈਂਡ ਕਰਾਵਾਂ, ਪਿਛਲੇ ਸਾਲ ਅਮੈਰੀਕਨ ਪ੍ਰੈਜ਼ੀਡੈਂਸ਼ੀਅਲ ਕੈਂਡੀਡੇਟ ਵੀ ਹੋ ਰਹੇ ਸਨ ਮਿਸਟਰ ਬਰਨੀ ਸੈਂਡਰਸ, ਸੈਨੇਟਰ ਬਰਨੀ ਸੈਂਡਰਸ, ਇਸ ਚੀਜ਼ ਤੇ ਹਮੇਸ਼ਾ ਗੱਲ ਕਰਦੇ ਸੀ ਕਿ 99% ਨੂੰ ਕਿਸ ਤਰ੍ਹਾਂ ਡਿਸਟ੍ਰੀਬਿਊਸ਼ਨ ਹੋ ਰਹੀ ਹੈ ਵੈਲਥ ਦੀ, ਤੇ 1% ਨੂੰ ਕਿੰਨੀ ਕੁ ਡਿਸਟ੍ਰੀਬਿਊਸ਼ਨ ਹੈਗੀ, ਐਂਡ ਇਹ ਬਹੁਤ ਹੀ ਆਪਾਂ ਕਹਿ ਸਕਦੇ ਹਾਂ ਅਨਈਵਨ ਡਿਸਟ੍ਰੀਬਿਊਸ਼ਨ ਹੈ। ਡਾਕਟਰ ਗਿਆਨ ਜੀ, ਜਸਟ ਰੀਅਲੀ ਕੁਇਕਲੀ ਆਪਾਂ ਵਾਪਸ ਕਿਸਾਨੀ ਤੇ ਵੀ ਆ ਰਹੇ ਹਾਂ, ਬਟ ਕੋਵਿਡ ਦੇ ਦੌਰਾਨ ਅਗਰ ਆਪਾਂ ਇਕੋਨਮੀ ਦੀ ਗੱਲ ਕਰੀਏ, ਕੋਵਿਡ ਦੇ ਦੌਰਾਨ ਮੋਸਟ ਆਫ ਦਾ ਵਰਲਡ ਨੇ ਇਕਨੋਮਿਕ ਆਪਾਂ ਕਹਿ ਸਕਦੇ ਹਾਂ ਡੈਮੇਜ ਸਫਰ ਕੀਤਾ, ਬਟ ਕੁਛ ਲੋਕ, ਕੁਛ ਕੰਪਨੀਜ਼ ਐਕਚੁਅਲੀ ਜ਼ਿਆਦਾ ਸਕਸੈਸਫੁਲ ਰਹੀ ਹਨ, ਹੈ ਨਾ? ਅਗਰ ਆਪਾਂ 2-3 ਵੱਡੇ ਵੱਡੇ ਨਾਮ ਮੈਂਸ਼ਨ ਇੱਥੇ ਕਰਦੇ ਹਾਂ, ਐਮਾਜ਼ੋਨ, ਫੇਸਬੁੱਕ, ਇਹ ਕੰਪਨੀ ਸਕਸੈਸਫੁਲ ਰਹੀ ਹਨ, ਇਹ ਮਤਲਬ ਟ੍ਰਾਂਸਫਰ ਆਫ ਵੈਲਥ, ਇਹ ਇਹਨਾਂ ਨੂੰ ਇਕੋਨਮੀ ਦਾ ਬੈਨੀਫਿਟ ਕਿੱਦਾਂ ਹੋਇਆ? ਕੋਈ ਆਪਾਂ ਸਿੰਪਲ ਸ਼ਬਦਾਂ 'ਚ ਕਹਿ ਸਕਦੇ ਹਾਂ ਕਿ ਇਹ ਕੰਪਨੀਜ਼ ਕੋਵਿਡ ਦੇ ਵਿੱਚ ਵੀ ਸਕਸੈਸਫੁਲ ਕਿੱਦਾਂ ਰਹੀਆਂ ਸੀ? ਇਹ ਦੇਖੋ ਜਿਹੜੀ ਗੱਲ ਹੈਗੀ ਕਿ ਕੋਵਿਡ-19 'ਚ ਜੀ ਡੀ ਪੀ ਘਟੀ, ਇੰਡੀਆ 'ਚ ਵੀ ਘਟੀ, ਜਿਹੜੀ ਪਹਿਲੇ 3 ਮਹੀਨੇ ਪਹਿਲੀ ਤਿਮਾਹੀ ਹੈ ਉਹ 'ਚ ਤਾਂ ਤਕਰੀਬਨ 24%, ਅਤੇ ਸੈਕਿੰਡ ਤਿਮਾਹੀ ਦੇ ਵਿੱਚ 7.7%, ਪੂਰੇ ਸਾਲ ਦਾ ਇਹਨਾਂ ਲੱਗਦਾ ਕਿ ਇਹ ਜਿਹੜੀ ਸ਼੍ਰਿੰਕੇਜ ਹੈ ਸ਼ਾਇਦ 0 ਜਾਂ 0.1 ਹੋ ਜੂਗੀ, ਪਰ ਕੁੱਲ ਮਿਲਾ ਕੇ ਜਿਹੜਾ ਹੈਗਾ ਸ਼੍ਰਿੰਕੇਜ ਦੀ ਜਿਹੜੀ ਹੈਗੀ ਉਹ 7% ਤੋਂ ਉੱਪਰ ਰਹਿਣ ਦੀ ਗੱਲ ਸਰਕਾਰੀ ਅੰਕੜੇ ਕਰਦੇ ਨੇ, ਪਰ ਹੋਰ ਜਿਹੜੇ ਅੰਦਾਜ਼ੇ ਆ ਰਹੇ ਨੇ ਉਹ 10% ਤੱਕ ਦੇ ਵੀ ਹੈਗੇ। ਜੇ ਜਿਹੜਾ ਤੁਹਾਡਾ ਹੁਣ ਕੁਐਸਚਨ ਹੈਗਾ ਕਿ ਜਿਹੜੇ ਸਿਰਫ ਕੁਛ ਕੁ MNCs ਨੇ ਜਾਂ ਕਾਰਪੋਰੇਟਸ ਨੇ ਉਹਨਾਂ ਕੋਲ ਕਿਵੇਂ ਜਾ ਰਿਹਾ ਹੈਗਾ, ਸਿਰਫ ਇਹੀ ਨਹੀਂ ਕਿ ਜਿਹੜੇ ਅਮੈਰੀਕਾ ਬੇਸਡ ਹੈਗੇ ਉਹਨਾਂ ਕੋਲ ਜਾ ਰਿਹਾ, ਈਵਨ ਸਾਰੀ ਦੁਨੀਆ 'ਚ ਜਿੱਥੇ ਮਾਰਕੀਟ ਸਿਸਟਮ ਅਪਣਾਇਆ ਹੈ ਉੱਥੋਂ ਦੇ ਵੀ ਜਿਹੜੇ ਕਾਰਪੋਰੇਟਸ ਹੈ ਉਹਨਾਂ ਕੋਲ ਜ਼ਿਆਦਾ ਜਾ ਰਿਹਾ। ਇਹਦੇ ਵਿੱਚ GDP ਘਟੀ ਹੈ ਅਤੇ ਨੈਗੇਟਿਵ 'ਚ ਆਈ ਹੈ, ਪਰ ਜਿਹੜੇ ਉੱਪਰਲੇ 1% ਹੈ ਉਹਦੀ ਵੈਲਥ ਦੁਨੀਆ ਦੇ ਬਹੁਤੇ ਦੇਸ਼ਾਂ 'ਚ ਵਧੀ ਹੈ। ਇਹ ਵਧੀ ਕਿਉਂ ਹੈ ਕਿ ਉਹਦੀ ਡਿਗਰੀ ਔਫ ਮੋਨੋਪੋਲੀ ਪਾਵਰ ਜ਼ਿਆਦਾ ਹੈਗੀ, ਜਾਂ ਡਿਗਰੀ ਔਫ ਮੋਨੋਪੋਲੀ ਪਾਵਰ ਜ਼ਿਆਦਾ, ਜਿਹੜਾ ਪ੍ਰੋਡਕਟ ਉਹ ਵੇਚਦੇ ਨੇ ਉਹਦੀਆਂ ਪ੍ਰਾਈਸਿਸ ਫਿਰ ਉਸ ਹਿਸਾਬ ਨਾਲ ਲੈਂਦੇ ਨੇ, ਅਤੇ ਫਿਰ ਸ਼ੇਅਰ ਮਾਰਕੀਟ 'ਚ ਮੈਨੂਪੂਲੇਸ਼ਨ, ਸਟਾਕ ਮਾਰਕੀਟ ਜਾਂ ਸ਼ੇਅਰ ਮਾਰਕੀਟ ਹੈ ਮੈਨੂਪੂਲੇਸ਼ਨ ਵੀ ਇਹ ਕਰਦੇ ਨੇ, ਉਹਦੇ ਨਾਲ ਸਾਰਾ ਕੁਛ ਜਿਹੜਾ ਹੈਗਾ ਇਹ ਇਕੱਠਾ ਕਰੀ ਜਾ ਰਹੇ ਨੇ। ਇਸ ਕਰਕੇ ਹੀ ਸਟੇਗਲਿਟਸ ਤੁਹਾਡੀ ਇਕੋਨਮੀ ਬਾਰੇ ਇਹ ਕਹਿੰਦਾ ਹੈਗਾ ਕਿ ਜੇ ਮਾਰਕੀਟ ਨੂੰ ਇਸ ਤਰ੍ਹਾਂ ਬੇਰੋਕ ਬੇਟੋਕ ਛੱਡਤਾ ਤਾਂ ਜਿਹੜੇ ਹੁਣ ਲੋਕ ਇੱਥੇ ਤੜਫ ਰਹੇ ਨੇ ਹੋਰ ਤੜਫਣਗੇ, ਤੁਹਾਡੇ ਦੇਸ਼ 'ਚ ਵੀ ਬਹੁਤ ਸਾਰੇ ਲੋਕ ਬੇਘਰ ਨੇ। ਮੈਂ ਅੱਜ ਵੀ ਰੋਡ 'ਤੇ ਜਾ ਰਿਹਾ ਸੀ, ਦੇਖ ਰਿਹਾ ਸੀ ਲੋਕ ਫੱਟੀਆਂ ਚੱਕੀ ਖੜੇ ਹੈ, ਹੋਮਲੈਸ ਲੋਕ ਹੈ ਜਿਹੜੇ ਉਹ ਮੰਗ ਰਹੇ ਨੇ। ਇਸ ਲਈ ਉਹਨਾਂ ਦੀ ਗਿਣਤੀ ਹੋਰ ਜ਼ਿਆਦਾ ਵਧਣ ਦੀ ਗੱਲ ਹੈਗੀ, ਪਰ ਹੁਣ ਜਿਸ ਤਰ੍ਹਾਂ ਇੱਕ ਥੋੜ੍ਹੀ ਜਿਹੀ ਰਿਲੀਫ ਮਿਲਦੀ ਦਿਖਦੀ ਹੈ ਕਿ ਜਿਹੜੀ ਨਵੀਂ ਸਰਕਾਰ, ਨਵਾਂ ਰਾਸ਼ਟਰਪਤੀ ਆ ਰਿਹਾ ਹੈ, ਜਿਹੜਾ ਉਹ ਕਾਰਪੋਰੇਟਸ 'ਤੇ ਥੋੜ੍ਹਾ ਜਿਹਾ ਟੈਕਸ ਵਧਾਉਣ ਦੀ ਗੱਲ ਕਰਦੇ ਹੈ। ਵਧਣਾ ਤਾਂ ਇੰਨਾ ਚਾਹੀਦਾ ਕਿ ਜਿਹੜਾ ਟੈਕਸੇਸ਼ਨ ਦਾ ਠੀਕ ਪ੍ਰਿੰਸੀਪਲ ਹੈ ਉਹਨੂੰ ਪ੍ਰੋਗਰੈਸਿਵ ਪ੍ਰਿੰਸੀਪਲ ਕਹਿੰਦੇ ਹਾਂ, ਉਹਦੇ ਮੁਤਾਬਕ ਜਿੰਨੀ ਆਮਦਨ ਜ਼ਿਆਦਾ ਉਹਨਾਂ ਰੇਟ ਆਫ ਟੈਕਸੇਸ਼ਨ ਜ਼ਿਆਦਾ, ਪਰ ਹੁਣ ਇਹ 21-28% ਕਰਨ ਦੀ ਗੱਲ ਕਰ ਰਹੇ ਨੇ।
ਜਦੋਂ ਕਿ ਜਿਹੜੇ ਆਮ ਬੰਦੇ ਨੇ ਜਿਹ ਚ ਕੋਈ ਵੀ ਆਉਂਦਾ ਹੈਗਾ ਉਹ ਚ 40% ਜਾਂ 40% ਪਲੱਸ ਟੈਕਸ ਦਿੱਤੇ ਜਾਂਦੇ ਆ। ਜਦੋਂ ਟੈਕਸਾਂ ਦਾ ਇੰਨਾ ਬਖੇਮਾ ਹੋਊਗਾ ਤਾਂ ਉੱਪਰਲੇ 1% ਕੋ ਜਾਊਗੀ, ਪਰ ਜੇ 7% ਵੀ ਟੈਕਸ ਵਧਾ ਦਿੱਤਾ ਕਾਰਪੋਰੇਟਸ ਤੇ ਤਾਂ ਕੁਛ ਰਿਲੀਫ ਮਿਲਣ ਦੀ ਉਮੀਦ ਕੀਤੀ ਜਾ ਸਕਦੀ ਹੈ। ਡਾਕਟਰ ਗਿਆਨ ਜੀ, ਤੁਸੀਂ ਦੋ ਤਿੰਨ ਚੀਜ਼ਾਂ ਇੱਥੇ ਮੈਂਸ਼ਨ ਕੀਤੀਆਂ, ਸਟਾਕ ਪਾਈਲਿੰਗ, ਮੋਨੋਪੋਲੀ, ਮਾਰਕੀਟ ਦੀ ਪ੍ਰਾਈਸ ਦੀ ਮੈਨੀਪੂਲੇਸ਼ਨ, ਐਂਡ ਭਾਵੇਂ ਆਪਾਂ ਇਸ ਵੇਲੇ ਯੂ ਨੋ ਅਮੈਰੀਕਨ ਕੰਪਨੀਜ਼ ਜਾਂ ਗੁੱਡਸ ਜਾਂ ਵਰਲਡ ਵਾਈਡ ਇਕਨੋਮੀ ਦੀ ਗੱਲ ਕਰੇ, ਇਹ ਸੇਮ ਸ਼ਬਦ ਆਪਾਂ ਯੂਜ਼ ਕਰ ਰਹੇ ਹਾਂ ਇੱਥੇ ਕਿਸਾਨ ਅੰਦੋਲਨ ਦੇ ਵਿੱਚ, ਜੋ ਇੱਥੇ ਗਰੀਵੈਂਸਿਸ ਹੈਗੀ ਕਿਸਾਨਾਂ ਦੀ ਇਨ ਤਿੰਨ ਕਾਨੂੰਨਾਂ ਨੂੰ ਲੈ ਕੇ, ਉਹਨਾਂ ਦੇ ਨਾਲ ਇਹ ਸੇਮ ਟਰਮਸ ਯੂਜ਼ ਹੋ ਰਹੀਆਂ, ਇਹਦੇ ਬਾਰੇ ਮੈਂ ਥੋੜ੍ਹੀ ਤੁਹਾਡੇ ਨਾਲ ਗੱਲ ਕਰਨਾ ਚਾਹੁੰਦੀ। ਇੱਥੇ ਇੱਕ ਛੋਟੀ ਜਿਹੀ ਬ੍ਰੇਕ ਲੈ ਰੁਕਦੇ ਹਾਂ, ਡਾਕਟਰ ਗਿਆਨ ਸਿੰਘ ਜੀ ਸਾਡੇ ਨਾਲ ਜੁੜੇ ਹਨ, ਗੱਲ ਇਸੇ ਤਰ੍ਹਾਂ ਜਾਰੀ ਰਹੇਗੀ, ਲਾਈਵ ਪ੍ਰੋਗਰਾਮ ਤੁਹਾਡੇ ਨਾਲ ਪੇਸ਼ ਕਰੇ, ਤੁਸੀਂ ਵੀ ਕਾਲ ਕਰਕੇ ਸਾਡੇ ਨਾਲ ਜੁੜ ਸਕਦੇ ਹੋ। ਮਿਲਦੇ ਹਾਂ ਬ੍ਰੇਕ ਤੋਂ ਉਸ ਬਾਅਦ। ਅਪੋਲੋਜਾਈਜ਼ ਕਰਨਾ ਚਾਹੁੰਦੀ ਹਾਂ, ਫੀਲਡ ਤੋਂ ਰਿਪੋਰਟਿੰਗ ਕਰ ਰਹੇ ਹਾਂ ਤੇ ਫੀਲਡ ਦੇ ਵਿੱਚ ਜਿਸ ਤਰ੍ਹਾਂ ਦੇ ਵੀ ਸਿਚੁਏਸ਼ਨ ਹੁੰਦੀ ਹੈ, ਸਾਡੀ ਕੋਸ਼ਿਸ਼ ਹੁੰਦੀ ਹੈ ਬੈਸਟ ਉਹਨਾਂ ਨੂੰ ਓਵਰਕਮ ਕਰਕੇ ਤੁਹਾਡੇ ਨਾਲ ਪ੍ਰੋਗਰਾਮ ਪੇਸ਼ ਕੀਤਾ ਜਾਏ। ਸੋ ਵਾਂਸ ਅਗੇਨ ਅਪੋਲੋਜੀਜ਼, ਤੁਸੀਂ ਜ਼ਰੂਰ ਕਾਲ ਕਰਕੇ ਸਾਡੇ ਨਾਲ ਜੁੜ ਸਕਦੇ ਹੋ। ਇਸਟੀਮਡ ਸਾਡੇ ਖਾਸ ਮਹਿਮਾਨ ਡਾਕਟਰ ਗਿਆਨ ਸਿੰਘ ਜੀ ਸਾਡੇ ਨਾਲ ਇੱਕ ਵਾਰੀ ਫਿਰ ਜੁੜੇ ਹਨ, ਫਾਰਮਰ ਪ੍ਰੋਫੈਸਰ, ਡਿਪਾਰਟਮੈਂਟ ਆਫ ਇਕਨੋਮਿਕਸ, ਪੰਜਾਬੀ ਯੂਨੀਵਰਸਿਟੀ ਪਟਿਆਲਾ। ਡਾਕਟਰ ਗਿਆਨ ਸਿੰਘ ਜੀ, ਤੁਹਾਡੇ ਇੱਕ ਵਾਰੀ ਫਿਰ ਪ੍ਰੋਗਰਾਮ ਦੇ ਵਿੱਚ ਸਵਾਗਤ। ਤੁਸੀਂ ਲਗਾਤਾਰ ਸਾਨੂੰ ਥੈਂਕ ਯੂ ਤੁਸੀਂ ਲਗਾਤਾਰ ਸਾਨੂੰ ਭਾਵੇਂ ਉਹ ਕਿਸਾਨੀ ਮੋਰਚੇ ਮੁੱਦੇ ਤੇ ਜਾਂ ਜੋ ਇੱਥੇ ਦੀ ਇਕਨੋਮਿਕ ਇਸ਼ੂਜ਼ ਹਨ ਇੰਡੀਆ ਦੀ ਅਗਰ ਆਪਾਂ ਗੱਲ ਕਰੀਏ ਜਾਂ ਗਲੋਬਲ ਤੌਰ ਤੇ ਜਾਣਕਾਰੀ ਪ੍ਰੋਵਾਈਡ ਕਰਦੇ ਰਹਿੰਦੇ ਹੋ। ਲਾਸਟ ਟਾਈਮ ਤੁਸੀਂ ਸਾਡੇ ਨਾਲ ਜੁੜੇ ਸੀ ਤੇ ਬਹੁਤ ਵਧੀਆ ਤਰੀਕੇ ਨਾਲ ਤੁਸੀਂ ਸਾਨੂੰ ਬਿੱਲਸ ਦਾ ਬ੍ਰੇਕਡਾਊਨ ਕੀ ਉਹਨਾਂ ਦਾ ਇਕਨੋਮਿਕ ਇੰਪੈਕਟ ਹੈ, ਬਿਕੋਜ਼ ਬਿੱਲਸ ਨੂੰ ਲੈ ਕੇ ਅਗਰ ਆਪਾਂ ਵੱਡੇ ਲੈਵਲ ਤੇ ਗੱਲ ਕਰਦੇ ਹਾਂ, ਲੋਕਾਂ ਦੀ ਅਟੈਂਸ਼ਨ ਇਸ ਚੀਜ਼ ਤੇ ਹੈ ਕਿ ਕਿਸ ਤਰ੍ਹਾਂ ਇਹ ਇੱਕ ਕਾਰਪੋਰੇਟ ਨੂੰ ਇੱਕ ਕਿਸਾਨ ਦੇ ਖਾਸ ਕਰਕੇ ਜ਼ਮੀਨ ਤੇ ਹੱਕ ਦੇਣ ਦਾ ਇੱਕ ਤਰ੍ਹਾਂ ਦਾ ਜ਼ਰੀਆ ਹੈਗਾ, ਬਟ ਇਹ ਜੋ ਬਿੱਲਸ ਹਨ ਇਹਨਾਂ ਦੇ ਵਿੱਚ ਕਾਫੀ ਹੋਰ ਚੀਜ਼ਾਂ ਵੀ ਹੈਗੀਆਂ, ਖਾਸ ਕਰਕੇ ਜੋ ਨਾ ਕਿ ਸਿਰਫ ਇੰਡੀਆ ਦੀ ਇਕੋਨਮੀ ਬਟ ਇੰਡੀਆ ਦੇ ਕੰਜ਼ੂਮਰ ਨੂੰ ਅਫੈਕਟ ਕਰਦੀ ਹੈ। ਬਟ ਡਾਕਟਰ ਗਿਆਨ ਸਿੰਘ ਜੀ, ਮੈਂ ਇਸ ਆਰਟੀਕਲ ਦੀ ਗੱਲ ਕਰਨਾ ਚਾਹੁੰਦੀ ਹਾਂ ਜੋ ਤੁਸੀਂ ਰੀਸੈਂਟਲੀ ਲਿਖਿਆ ਦ ਸਿਟੀਜ਼ਨ ਪਬਲੀਕੇਸ਼ਨ ਲਈ, ਜਿਹਦੇ ਵਿੱਚ ਤੁਸੀਂ ਇੰਡੀਆ ਦੀ GDP ਬਾਰੇ ਗੱਲ ਕਰਦੇ ਹੋ। ਅਗਰ ਮੈਂ ਇਸ ਆਰਟੀਕਲ ਤੋਂ ਇੱਕ ਲਾਈਨ ਕੋਟ ਕਰਾਂ ਜੋ ਤੁਸੀਂ ਮੈਂਸ਼ਨ ਕੀਤੀ ਹੈ ਕਿ ਇੰਡੀਆ ਦੀ GDP 1979-1980 ਸਾਲ ਤੋਂ ਪਹਿਲੀ ਵਾਰੀ ਸ਼ਰਿੰਕ ਹੋ ਰਹੀ ਹੈ, ਸਾਨੂੰ ਦੇਖ ਰਹੀ ਹੈ, ਆਪਾਂ ਦੇਖ ਰਹੇ ਹਾਂ ਕਿ ਪਹਿਲੀ ਵਾਰੀ 1980 ਤੋਂ ਸ਼ਰਿੰਕ ਹੋ ਰਹੀ ਹੈ। ਥੋੜਾ ਜਿਹਾ ਇਹਦੇ ਬਾਰੇ ਸਾਨੂੰ ਹੋਰ ਡੀਟੇਲ ਪਲੀਜ਼ ਦਵੋ ਡਾਕਟਰ ਗਿਆਨ ਸਿੰਘ ਜੀ। ਅਸ਼ਮਿਤਾ ਬੇਟੇ, 79-80 ਤੋਂ ਪਹਿਲਾਂ ਤਾਂ ਸਾਡੀ ਜਿਹੜੀ GDP ਆ ਉਹ ਸ਼ਰਿੰਕ ਹੋਈ ਹੈ। ਇਹ ਜਦੋਂ ਵੀ ਸ਼ਰਿੰਕ ਹੋਈ ਉਹਦਾ ਰੀਜਨ ਸੀ ਕਿ ਸਵੀਅਰ ਡਰਾਊਟ ਹੁੰਦਾ ਸੀ ਇੰਡੀਆ 'ਚ, ਮੁੜ ਕੇ ਉਸ ਤਰ੍ਹਾਂ ਦਾ ਡਰਾਊਟ ਨਹੀਂ ਹੈਗਾ, ਪਰ 79-80 ਤੋਂ ਬਾਅਦ ਪਹਿਲੀ ਵਾਰੀ ਸ਼ਰਿੰਕ ਹੋਈ ਹੈ ਅਤੇ ਸਾਡੀ ਸਰਕਾਰ ਸਿਰਫ ਇਹਨੂੰ COVID-19 ਨਾਲ ਜੋੜ ਰਹੀ ਹੈ ਕਿ COVID-19 ਕਰਕੇ ਦੁਨੀਆਂ ਦੀਆਂ ਸਾਰੀਆਂ ਇਕੋਨਮੀ ਸ਼ਰਿੰਕ ਹੋਈਆਂ ਅਤੇ ਸਾਡੀ ਵੀ ਸ਼ਰਿੰਕ ਹੋਈ ਹੈ। ਪਰ ਮੈਨੂੰ ਇਹ ਲੱਗਦਾ ਜੇ ਠੀਕ ਅਨੈਲਿਸਿਸ ਕੀਤਾ ਜਾਵੇ ਤਾਂ 2016-17 ਤੋਂ ਸਾਡੀ ਇਕੋਨਮੀ ਸ਼ਰਿੰਕ ਹੋਣੀ ਸ਼ੁਰੂ ਹੋ ਗਈ ਸੀ, ਕਿਉਂਕਿ ਜਿਸ ਤਰ੍ਹਾਂ ਅਸੀਂ ਨਵੰਬਰ 2016 ਦੇ ਵਿੱਚ ਜਿਹੜਾ ਹੈਗਾ ਡੀਮੋਨਟਾਈਜੇਸ਼ਨ ਅਤੇ 17 ਹੈਫਜ਼ਡ ਮੈਨੇਜ GST ਇੰਪਲੀਮੈਂਟ ਕੀਤਾ, ਉਹਦੇ ਨਾਲ ਸਾਡੀ ਇਕੋਨਮੀ ਥੱਲੇ ਆਉਣੀ ਸ਼ੁਰੂ ਹੋ ਗਈ ਸੀ। COVID-19 ਦਾ ਇੰਪੈਕਟ ਹੈਗਾ, ਉਹਨੂੰ ਕੋਈ ਡਿਨਾਈ ਨਹੀਂ ਕਰਦਾ ਹੈਗਾ, ਪਰ ਕੁੱਲ ਮਿਲਾ ਕੇ ਤਾਂ ਇਹ ਹੈ ਕਿ ਸਾਡੀ ਇਕੋਨਮੀ ਕਿਉਂ ਸ਼ਰਿੰਕ ਹੋ ਰਹੀ ਹੈ, ਸਾਡੀਆਂ ਇਕਨੋਮਿਕ ਪੋਲਿਸੀਜ ਕੀ ਨੇ, ਅਤੇ ਸਾਡਾ ਜਿਹੜਾ ਬੇਲ ਆਊਟ ਪੈਕੇਜ ਹੈ ਉਹ ਕਿਹਨਾਂ ਨੂੰ ਜਾ ਰਿਹਾ। ਜਦੋਂ 1930 'ਚ ਗ੍ਰੇਟ ਡਿਪਰੈਸ਼ਨ ਆਇਆ ਸੀ ਤਾਂ ਉਹਨੂੰ ਓਵਰਕਮ ਕਰਨ ਲਈ JM Keynes ਨੇ ਸੁਝਾਅ ਦਿੱਤੇ, ਜਿਹਦੇ ਕਰਕੇ ਓਵਰਕਮ ਹੋਇਆ ਸੀ। ਉਹਨਾਂ ਨੇ ਕਿਹਾ ਸੀ ਕਿ ਇਹ ਜਿਹੜਾ ਬੇਲ ਆਊਟ ਪੈਕੇਜ ਹੈ ਟੋਪ 1% ਨੂੰ ਨਹੀਂ ਜਾਣਾ ਚਾਹੀਦਾ, ਸਗੋਂ ਇਹ ਤਾਂ ਥੱਲੇ ਵਾਲੇ ਉਹਨਾਂ ਵਰਕਰਸ ਨੂੰ ਜਾਣਾ ਚਾਹੀਦਾ ਜਿਹਨਾਂ ਜਿਹੜੇ ਭਾਵੇਂ ਅਨਪ੍ਰੋਡਕਟਿਵ ਕੰਮ ਕਰਨ ਲਈ ਵੀ ਤਿਆਰ ਹੋਣ, ਸੁਬਹ ਟੋਏ ਪੜਦੇ ਜਾਣ, ਸ਼ਾਮ ਨੂੰ ਉਹਨੂੰ ਬੰਦ ਕਰ ਦੇਣ, ਪ੍ਰੋਡਕਸ਼ਨ ਤਾਂ ਕੋਈ ਹੋਊਗੀ ਨਹੀਂ। ਪਰ ਇਹ ਲੋਕ ਕਿਹੜੇ ਹੋਣਗੇ? ਇਹ ਲੋਕ ਉਹ ਹੋਣਗੇ ਜਿਹਨਾਂ ਨੂੰ ਪੈਸੇ ਦੀ ਬਹੁਤ ਲੋੜ ਹੈ, ਅਤੇ ਇਹ ਪੈਸਾ ਇਹ ਇੱਕਦਮ ਮਾਰਕੀਟ 'ਚ ਆ ਕੇ ਖਰਚਣਗੇ ਦੋ ਡੰਗ ਦੀ ਰੋਟੀ ਲਈ। ਇਸ ਲਈ ਜਿਹੜਾ ਸਾਡਾ ਬੇਲ ਆਊਟ ਪੈਕੇਜ ਹੈ 20 ਲੱਖ ਕਰੋੜ ਰੁਪਏ ਦਾ ਸਰਕਾਰ ਨੇ ਅਨਾਊਂਸ ਕੀਤਾ ਸੀ, ਉਹ ਜ਼ਿਆਦਾ ਬੈਂਕ ਗਰੰਟੀਜ਼ ਦੇ ਰੂਪ ਦੇ ਵਿੱਚ ਹੈਗਾ, ਜਿਹੜਾ ਥੱਲੇ ਵਾਲੇ ਸੈਕਸ਼ਨ ਨੂੰ ਆਉਣਾ ਸੀ ਉਹਦਾ ਇਹਨਾਂ ਤੱਕ ਆਉਂਦੇ ਆਉਂਦੇ ਸਾਹ ਤੋੜ ਗਿਆ।
ਨਾ ਨਾਲ ਦੇ ਇਹਨਾਂ ਨੂੰ ਮਿਲਿਆ ਜ਼ਿਆਦਾ ਪੈਸਾ ਜਿਹੜਾ ਉੱਪਰਲੇ ਪਾਸੇ ਚਲਿਆ ਗਿਆ, ਬੇਲ ਆਊਟ ਪੈਕੇਜ ਜਿਸ ਤਰ੍ਹਾਂ ਬਾਕੀ ਕੈਪੀਟਲਿਸਟ ਕੰਟਰੀ 'ਚ ਹੋ ਰਹੇ ਨੇ। ਇਸ ਕਰਕੇ ਸਾਡੀ ਜੀ ਡੀ ਪੀ ਆ ਜਿਹੜੀ ਉਹ 16-17 ਤੋਂ ਹੀ ਥੱਲੇ ਆ ਰਹੀ ਹੈ, ਹੁਣ ਵਾਲਾ ਸਾਲ ਤੱਕ COVID-19 ਦਾ ਉਹਦਾ ਇੰਪੈਕਟ ਵੀ ਹੈ। ਸਰ ਜਦੋਂ ਆਪਾਂ ਸਰਕਾਰ ਦੀ ਗੱਲ ਕਰਦੇ ਹਾਂ, ਯੂ ਨੋ ਵਾਂਸ ਅਗੇਨ ਮੈਂ ਇੱਥੇ ਕੰਪੈਰੀਜ਼ਨ ਕਰ ਰਹੀ ਹਾਂ ਯੂਨਾਈਟਿਡ ਸਟੇਟਸ ਅਤੇ ਇੰਡੀਆ ਦੇ ਵਿੱਚ। ਸਾਡੇ ਵਿਊਅਰਸ ਇਹ ਦੋਨੋਂ ਸਿਸਟਮਸ ਨੂੰ ਕਾਫੀ ਵਧੀਆ ਤਰੀਕੇ ਨਾਲ ਸਮਝਦੇ ਹੈਗੇ। ਯੂ ਐਸ ਏ ਦੇ ਵਿੱਚ ਵੱਖ ਵੱਖ ਸਾਨੂੰ ਇਹ ਬੇਲ ਆਊਟਸ ਦੀ ਗੱਲ ਵੇਖਣ ਨੂੰ ਮਿਲੀ, ਤੁਸੀਂ ਇਸ ਹੁਣੇ ਹੀ ਮੈਂਸ਼ਨ ਵੀ ਕੀਤਾ ਬੇਲ ਆਊਟਸ ਨੂੰ ਲੈ ਕੇ, ਕਿ ਕਿਸ ਤਰ੍ਹਾਂ ਅਗਰ ਤੁਸੀਂ ਫਾਈਨੈਂਸ਼ੀਅਲ ਸਟਿਮੂਲਸ ਸਭ ਤੋਂ ਨੀਡੀ ਸੈਕਟਰ ਨੂੰ ਦਿੰਦੇ ਹੋ, ਜੋ ਲੋਅਰ ਕਲਾਸ ਦੇ ਹੈਗੇ ਜਿਨ੍ਹਾਂ ਦੇ ਕੋਲ ਫਾਈਨੈਂਸ਼ੀਅਲ ਤੰਗੀ ਹੈ, ਉਹਦੇ ਨਾਲ ਇਕੋਨਮੀ 'ਤੇ ਕੀ ਫਾਇਦਾ ਹੁੰਦਾ? ਇਸ ਤਰ੍ਹਾਂ ਦਾ ਕੋਈ ਸਾਨੂੰ ਸਟਿਮੂਲਸ ਇੰਡੀਆ ਵਾਲੇ ਪਾਸੇ ਵੇਖਣ ਨੂੰ ਮਿਲਿਆ? ਤੁਸੀਂ ਇਹਦੇ ਬਾਰੇ ਕੁਛ ਕਹਿ ਸਕਦੇ ਹੋ ਕਿ ਇੱਥੇ ਦਾ ਮਾਡਲ ਕਿਸ ਤਰ੍ਹਾਂ ਇਸ ਚੀਜ਼ ਨੂੰ ਅਪਰੋਚ ਕਰ ਰਿਹਾ? ਦੇਖੋ ਗੱਲ ਹੈਗੀ, ਅਮੈਰੀਕਾ 'ਚ ਹੁਣ ਕੱਲ੍ਹ ਨਵੇਂ ਰਾਸ਼ਟਰਪਤੀ ਨੇ ਸਹੁੰ ਚੱਕ ਲੈਣੀ ਹੈ, ਪਰ ਉਹਨਾਂ ਨੇ ਪਹਿਲਾਂ ਅਨਾਊਂਸ ਕਰਤਾ ਹੈ ਕਿ ਆਮ ਵਰਕਿੰਗ ਕਲਾਸ ਲਈ ਉਹ ਹੋਰ $1,400-1,500 ਪਰ ਮੰਥ ਦੇਣ ਜਾ ਰਹੇ ਨੇ, ਅਤੇ ਉਹਦੇ ਨਾਲ ਜਿਹੜਾ ਉਹ ਲੋਕਾਂ ਕੋਲ ਪੈਸਾ ਜਾਊਗਾ ਜਿਨ੍ਹਾਂ ਨੇ ਉਹਨੂੰ ਇੱਕਦਮ ਖਰਚਣਾ ਹੈ, ਤਾਂ ਡਿਮਾਂਡ ਜਨਰੇਟ ਹੋਊਗੀ, ਮਾਰਕੀਟ ਚੱਲੂਗੀ ਅਤੇ ਇਕੋਨਮੀ ਰਿਵਾਈਵ ਕਰੂਗੀ। ਪਰ ਸਾਡੇ ਵਾਲੇ ਪਾਸੇ ਜਿਹੜਾ ਹੈਗਾ ਅਨਾਊਂਸਮੈਂਟਸ ਵੱਡੀਆਂ ਨੇ, ਇਹ ਅੰਕੜਿਆਂ ਦਾ ਜਾਲ ਵੱਡਾ ਬੁਣਿਆ ਜਾ ਰਿਹਾ ਹੈ। ਸਾਡੇ ਸਰਕਾਰੀ ਦਰਬਾਰੀ ਜੁਗਾੜੀ ਬੰਦੇ ਜਿਹੜੇ ਗੜਬਈ ਨੇ ਉਹ ਇਹੀ ਕੰਮ ਕਰਨ ਲੱਗੇ ਰਹਿੰਦੇ, 2x2 ਨੂੰ ਜਿਹੜੀ ਮਰਜ਼ੀ ਫਿਗਰ ਬਣਾ ਲਓ, ਚਾਰ ਬਣਨੇ ਦੇ ਚਾਰ ਨੇ, ਚਾਹੇ 3 ਬਣਾ ਲਓ, ਚਾਹੇ 5 ਬਣਾ ਲਓ, ਜਾਂ 5 ਟ੍ਰਿਲੀਅਨ ਬਣਾ ਲਓ, ਉਹ ਇਸ ਕੰਮ 'ਚ ਲੱਗੇ ਰਹਿੰਦੇ ਨੇ। ਇਸ ਲਈ ਜਦੋਂ ਇਹ ਜਿਹੜਾ ਹੈਗਾ ਬੇਲ ਆਊਟ ਪੈਕੇਜ ਥੱਲੇ ਨਹੀਂ ਜਾਊਗਾ, ਡਿਸਪੈਰਿਟੀਜ਼ ਨਹੀਂ ਘਟਣਗੀਆਂ, ਇਕੋਨਮੀਜ਼ ਨੇ ਵਧੀਆ ਤਰੀਕੇ ਨਾਲ ਚੱਲਣਾ ਨਹੀਂ ਹੁੰਦਾ। ਜਿਹੜੇ ਉੱਪਰਲੇ ਨੇ ਉਹ ਤਾਂ ਅਮਰ ਬੇਲ ਦੀ ਤਰ੍ਹਾਂ ਪੈਰਾਸੈਟਿਕ ਪਲਾਂਟ ਹੈ, ਅਮਰ ਬੇਲ ਦੀ ਤਰ੍ਹਾਂ ਇਹਦਾ ਰਸ ਚੂਸਦੇ ਰਹਿੰਦੇ ਨੇ, ਜੇ ਰਸ ਚੂਸਣਗੇ ਤੇ ਜਿਉਂਦੇ ਉਹਨਾਂ ਨੇ ਵੀ ਨਹੀਂ ਰਹਿਣਾ ਹੁੰਦਾ। ਅਮਰਵੇਲ ਆਪ ਵੀ ਜਿਉਂਦੇ ਨੇ, ਇਹਦੀ ਦਰਖਤ ਹੁੰਦਾ ਉਹ ਮਾਰਦੀ ਹੈ, ਤੇ ਇਸ ਲਈ ਜਦੋਂ ਅਸੀਂ ਉੱਪਰਲੇ 1% ਨੂੰ ਬਹੁਤਾ ਅਮੀਰ ਕਰੀ ਜਾਵਾਂਗੇ, ਮੈਂ ਬਹੁਤ ਸਾਰੇ ਲੋਕਾਂ ਦਾ ਹੋਰ ਵੀ ਪੜ੍ਹ ਰਿਹਾ, ਉਹਨਾਂ 'ਚੋਂ ਕੁਛ ਲੋਕ ਇਹੋ ਜਿਹੇ ਵੀ ਨੇ ਜਿਹੜੇ ਕਹਿੰਦੇ ਸਾਡੇ 'ਤੇ ਟੈਕਸ ਵਧਾ ਲਓ, ਨਹੀਂ ਸਾਡਾ ਸਿਸਟਮ ਕਲੈਪਸ ਕਰ ਜੂਗਾ। ਪਰ ਸਾਡੇ ਵਾਲੇ ਪਾਸੇ ਇੰਡੀਆ 'ਚ ਇਸ ਤਰ੍ਹਾਂ ਦਾ ਕੋਈ ਸੱਜਣ ਜਿਹੜਾ ਚੰਗਾ ਕਾਰਪੋਰੇਟ ਹੋਵੇ ਜਾਂ ਆਪਦੇ ਬਾਰੇ ਹੀ ਸੋਚੇ ਘੱਟੋ ਘੱਟ, ਉਹ ਦਿਖਾਈ ਨਹੀਂ ਦਿੰਦਾ। ਉਹ ਤਾਂ ਹੋਰ ਗੱਲ ਕਰਦੇ ਨੇ, ਜਿਹੜਾ ਹੁਣ ਤੁਸੀਂ ਗੱਲ ਕਰ ਰਹੇ ਹੋ, ਜਿਹੜੇ 3 ਖੇਤੀ ਦੇ ਕਾਨੂੰਨ ਨੇ ਉਹ ਤਾਂ ਕਾਰਪੋਰੇਟਸ, ਇੱਥੋਂ ਤੱਕ ਕਿ IMF ਤੇ ਵਰਲਡ ਬੈਂਕ ਵੀ ਉਹਦੇ ਪਿੱਛੇ ਹੈ। ਉਹ ਕਹਿੰਦੇ ਆ ਕਿ ਜਿਹੜੀ ਇਹ ਜ਼ਮੀਨ ਹੈ, ਇਹ 'ਚ ਕਾਰਪੋਰੇਟ ਫਾਰਮਿੰਗ ਹੋਵੇ, ਇਹਨਾਂ ਲੋਕਾਂ ਨੂੰ ਜਿਹੜਾ ਹੈਗਾ ਇੱਥੋਂ ਕੱਢਿਆ ਜਾਵੇ। ਪਰ ਸਵਾਲ ਇਹ ਪੈਦਾ ਹੁੰਦਾ ਕਿ ਜੇ ਹਿੰਦੁਸਤਾਨ ਜਿਹੜੀ 50% ਪਾਪੂਲੇਸ਼ਨ ਖੇਤੀਬਾੜੀ 'ਤੇ ਨਿਰਭਰ ਹੈ, ਇਹਨੂੰ ਕੱਢਾਂਗੇ ਤਾਂ ਲੈ ਕੇ ਕਿੱਥੇ ਜਾਵਾਂਗੇ? ਸਾਡਾ ਇੰਡਸਟਰੀਅਲ ਸੈਕਟਰ COVID-19 ਤੋਂ ਪਹਿਲਾਂ ਉਹਦਾ ਇੰਪਲਾਇਮੈਂਟ ਰੇਟ, ਗਰੋਥ ਰੇਟ ਹੈ ਜਿਹੜਾ ਬਹੁਤੇ ਸਬ ਸੈਕਟਰ 'ਚ ਨੈਗੇਟਿਵ ਸੀ, ਹੁਣ ਤਾਂ ਬਹੁਤੇ ਮਾੜੀ ਹਾਲਤ ਹੈ। ਜਿਹੜਾ ਸਾਡਾ ਸਰਵਿਸ ਸੈਕਟਰ ਹੈ ਉਹ 'ਚ ਥੋੜ੍ਹੀਆਂ ਬਹੁਤੀਆਂ ਇੰਪਲਾਇਮੈਂਟ ਦੀਆਂ ਪੋਸੀਬਿਲਟੀਜ਼ ਨੇ, ਪਰ ਉੱਥੇ ਇੰਗਲਿਸ਼ ਬੋਲਣ ਵਾਲੇ, ਕੰਪਿਊਟਰ ਚਲਾਉਣ ਵਾਲੇ ਚਾਹੀਦੇ ਨੇ, ਅਤੇ ਬਹੁਤ ਘੱਟ ਇੰਪਲਾਇਮੈਂਟ ਹੈ, ਅਤੇ ਉਹਨਾਂ ਦੀ ਕੁਆਲਿਟੀ ਆਫ ਇੰਪਲਾਇਮੈਂਟ ਇੰਨੀ ਪੂਰ ਹੈ ਕਿ ਉਹਨਾਂ ਨੂੰ 5,000-7,000 ਰੁਪਇਆ ਮਿਲਦਾ, ਉਹਦੇ ਵਿੱਚ ਕਿਵੇਂ ਗੁਜ਼ਾਰਾ ਹੋਊਗਾ? ਸੋ ਗੱਲ ਇਹ ਹੈ ਕਿ ਜਿਹਨਾਂ ਨੂੰ ਖੇਤੀਬਾੜੀ 'ਚ 2 ਡੰਗ ਦੀ ਰੁੱਖੀ ਜਾਂ ਸੁੱਕੀ ਰੋਟੀ ਮਿਲਦੀ ਹੈ, ਜੇ ਉੱਥੋਂ ਉਹਨਾਂ ਨੂੰ ਕੱਢ ਦਾਂਗੇ। ਕੁਛ ਲੋਕਾਂ ਨੂੰ ਭੁਲੇਖਾ ਹੈਗਾ ਕਿ ਉਹਨਾਂ ਨੂੰ ਭੁਲੇਖਾ ਹੈ ਕਿ ਇੱਥੇ ਉਹਨਾਂ ਨੂੰ ਨੌਕਰੀ ਕਰਾ ਲੈਣਗੇ, ਨਹੀਂ ਨੌਕਰੀ ਨਹੀਂ ਕਰਾਉਣਗੇ, ਸਗੋਂ ਪ੍ਰੋਬਲਮ ਹੈ ਕਿ ਉੱਥੇ ਤਾਂ ਮਸ਼ੀਨਾਂ ਨਾਲ ਖੇਤੀ ਹੋਊਗੀ, ਉਹਨਾਂ ਨੂੰ ਕੱਢ ਕੇ ਕਿੱਥੇ ਲਿਆਵਾਂਗੇ? ਨਾ ਉਦਯੋਗਾਂ 'ਚ ਸਾਡੇ ਕੋਲ ਜਗ੍ਹਾ ਹੈਗੀ, ਨਾ ਸਰਵਿਸ ਸੈਕਟਰ 'ਚ ਜਗ੍ਹਾ ਹੈਗੀ, ਉਹ ਸੀਰੀਅਸ ਪ੍ਰੋਬਲਮ ਹੈ। ਡਾਕਟਰ ਗਿਆਨ ਸਿੰਘ ਜੀ, ਯੂ ਨੋ ਤੁਸੀਂ ਇੱਕ ਬੜੀ ਇੰਟਰਸਟਿੰਗ ਗੱਲ ਇੱਥੇ ਨੋਟ ਕੀਤੀ ਜੋ ਸਾਨੂੰ ਸੁਣਨ ਨੂੰ ਵੀ ਮਿਲ ਰਹੀ ਹੈ। ਮੈਂ ਵਿਊਅਰਸ ਨੂੰ ਦੱਸਣਾ ਚਾਹੁੰਦੀ ਹਾਂ ਕਿ ਇੱਥੇ ਗਰਾਊਂਡ ਤੇ ਜੋ ਮੋਰਚੇ ਵਿੱਚ ਹਿੱਸੇਦਾਰ ਕਿਸਾਨ ਹਨ, ਇਹ ਚੀਜ਼ ਉਹ ਬਾਰ ਬਾਰ ਕਹਿ ਰਹੇ ਹੈ, ਕੋਈ ਅਨਪੜ੍ਹ ਗਵਾਰ ਨਹੀਂ ਹੈਗੀ, ਇਗਨੋਰੈਂਟ ਲੋਕੀ ਨਹੀਂ ਹਨ। ਇਹਨਾਂ ਤੋਂ ਸਾਨੂੰ ਬਾਰ ਬਾਰ ਸੁਣਨ ਨੂੰ ਮਿਲ ਰਿਹਾ ਕਿ ਦੇਖੋ ਜੀ, ਕਿਸਾਨੀ ਵਿੱਚ ਸਾਨੂੰ ਜੋ ਮੈਜੋਰਿਟੀ ਕਿਸਾਨ ਹਨ ਜੋ ਮਿਡਲ ਤੇ ਲੋਅਰ ਕਲਾਸ ਵਿੱਚ ਆਉਂਦੇ ਹੈ, ਉਹ ਗਰੀਬ ਹੈਗੇ, ਉਹਨਾਂ ਲਈ ਤਾਂ ਬੇਰਲੀ 2 ਟਾਈਮ ਦੀ ਰੋਟੀ ਕਿਸਾਨੀ ਤੋਂ ਉਹਨਾਂ ਨੂੰ ਮਿਲ ਰਹੀ ਹੈ ਕਿ ਸਰਕਾਰ ਵੱਲੋਂ ਕੁਛ ਇਹੋ ਜਿਹੀ ਨਹੀਂ ਪ੍ਰੋਵਿਜ਼ਨਸ ਹੋਣੀ ਚਾਹੀਦੀ ਕਿ ਉਹਨਾਂ ਦੇ ਸਿਟੀਜ਼ਨਸ, ਆਪਾਂ ਜਿੱਦਾਂ ਕਹਿੰਦੇ ਹਾਂ, ਬੇਰਲੀ ਸਰਵਾਈਵ ਕਰ ਰਹੇ ਇੱਕ ਇੰਡਸਟਰੀ ਦੇ ਵਿੱਚ, ਜੋ ਇੰਡਸਟਰੀ 60% ਤੋਂ ਵੱਧ ਕੰਟਰੀ ਦੇ ਵਿੱਚ ਕੰਟਰੀ ਨੂੰ ਜੋੜ ਰਹੀ ਹੈ, ਪਾਪੂਲੇਸ਼ਨ ਨੂੰ ਜੋੜ ਰਹੀ ਹੈ। ਸਰ, ਇਕਨੋਮਿਕ ਤੌਰ 'ਤੇ ਅਗਰ ਆਪਾਂ ਸਰਕਾਰ ਦੀ ਗੱਲ ਕਰੀਏ, ਇਕਨੋਮਿਕ ਤੌਰ 'ਤੇ ਕੀ ਇਹ ਇੱਕ ਵਾਇਬਲ ਮਾਡਲ ਹੈ ਕਿ ਤੁਹਾਡੀ ਸਿਟੀਜ਼ਨਰੀ, ਆਪਾਂ ਕਹਿ ਸਕਦੇ ਹਾਂ, ਬੇਅਰਲੀ 2 ਟਾਈਮ ਦੀ ਰੋਟੀ ਮਸਾ
ਅਫੋਰਡ ਕਰ ਸਕਦੀ ਹੈ ਉਸ ਇੰਡਸਟਰੀ ਦੇ ਵਿੱਚ ਜੋ ਤੁਹਾਡੀ ਕੰਟਰੀ ਦੇ ਇੰਨੇ ਵੱਡੇ ਹਿੱਸੇ ਨੂੰ ਆਕਿਊਪਾਈ ਕਰਦੀ ਹੈ? ਇਹ ਮੈਨੂੰ ਗੱਲ ਇਸ ਤਰ੍ਹਾਂ ਲੱਗਦੀ ਹੈ ਬੇਟਾ, ਇਹ ਸਾਡੀਆਂ ਲੇਡੀਜ਼ ਦੇ ਅਕਸਰ ਚੁੰਨੀ ਲਈ ਹੁੰਦੀ ਹੈ, ਜਿਹੜੀ ਚੁੰਨੀ ਹੁੰਦੀ ਹੈ, ਚੁੰਨੀ ਦੇ ਨੂੰ ਸੋਹਣਾ ਲੱਗਣ ਲਈ ਉਹਦੇ ਆਲੇ ਦੁਆਲੇ ਗੋਟਾ ਕਿਨਾਰੀ ਲੱਗੀ ਹੁੰਦੀ ਹੈ। ਗੋਟਾ ਕਿਨਾਰੀ ਤਾਂ ਹੀ ਸੋਹਣੀ ਲੱਗਦੀ ਹੈ ਜੇ ਚੁੰਨੀ ਮਜ਼ਬੂਤ ਹੋਵੇ, ਪਰ ਜੇ ਚੁੰਨੀ 'ਚ ਮੋਰੀਆਂ ਹੋਣ ਚੰਗੀ ਨਹੀਂ ਲੱਗਦੀ। ਪਰ ਚੁੰਨੀ 'ਚ ਮੋਰੀਆਂ ਨੇ, ਚੁੰਨੀਆਂ 'ਚ ਤਾਂ ਮਗੋਰੇ ਨੇ, ਜੇ ਚੁੰਨੀ ਫਟੀ ਹੋਈ ਹੈ ਮਗੋਰੇ ਨੇ ਤਾਂ ਉਹਦੇ 'ਤੇ ਗੋਟਾ ਕਿਨਾਰੀ ਕੀ ਕਰੂਗੀ? ਗੋਟਾ ਕਿਨਾਰੀ ਵੀ ਸ਼ਰਮਾਊਗੀ। ਇਸ ਲਈ ਜਿਹੜੇ ਸਾਡਾ ਖੇਤੀਬਾੜੀ ਸੈਕਟਰ ਹੈ, ਇਹ 'ਚ ਤਿੰਨ ਧਿਰਾਂ ਨੇ, ਇੱਕ ਕਿਸਾਨ ਨੇ, ਦੂਜੇ ਖੇਤ ਮਜ਼ਦੂਰ ਹੈ, ਤੀਜਾ ਪਿੰਡੂ ਛੋਟਾ ਕਾਰੀਗਰ ਹੈ। ਇਹ ਜਿਹੜੇ ਥੱਲੇ ਵਾਲੇ ਦੋ ਸੈਕਸ਼ਨ ਹੈ, ਉਹ ਤਾਂ ਜ਼ਮੀਨ ਵੀ ਹੋਣੇ ਨੇ, ਹਰ ਰੋਜ਼ ਆਪਦੀ ਲੇਬਰ ਵੇਚਦੇ, ਉਹ ਤੋਂ ਖਾਂਦੇ ਨੇ, ਪਰ ਖਾਂਦੇ ਆਮ ਤੌਰ 'ਤੇ ਉਹ ਖੇਤੀ ਤੋਂ ਨੇ, ਹੈ ਨਾ। ਅਤੇ ਜਿਹੜੇ ਕਿਸਾਨ ਨੇ, ਜਿਸ ਤਰ੍ਹਾਂ ਅਸੀਂ ਸਕੇਲ ਡਾਊਨ ਕਰਦੇ ਹਾਂ ਫਰੋਮ ਲਾਰਜ ਫਾਰਮ ਕੈਟੇਗਰੀ ਟੂ ਮਾਰਜ ਫਾਰਮ ਕੈਟੇਗਰੀ, ਉਹਦੀਆਂ ਪ੍ਰੋਬਲਮਸ ਵੱਧਦੀਆਂ ਜਾਂਦੀਆਂ ਨੇ। ਇੱਕ ਅਸੀਂ ਸਰਵੇ ਕੀਤਾ ਸੀ ਪੰਜਾਬ ਦਾ, ਅਤੇ ਉਹਦੇ ਵਿੱਚ ਸਿਰਫ 15 ਏਕੜ ਤੋਂ ਉੱਪਰ ਵਾਲੇ ਕਿਸਾਨਾਂ ਛੱਡ ਕੇ ਬਾਕੀ ਸਾਰੇ ਕਿਸਾਨ ਅਤੇ ਖੇਤ ਮਜ਼ਦੂਰ, ਉਹਨਾਂ ਦੇ ਸਿਰ ਇੰਨਾ ਕਰਜ਼ਾ ਹੈ ਕਿ ਉਹ ਕਰਜ਼ਾ ਮੋੜਨ ਦਾ ਦੂਰ ਦੀ ਗੱਲ ਨਹੀਂ, ਕਰਜ਼ੇ ਉੱਪਰਲਾ ਵਿਆਜ ਵੀ ਨਹੀਂ ਦੇ ਸਕਦੇ, ਕਿਉਂਕਿ ਉਹ ਤਾਂ 2 ਡੰਗ ਦੀ ਰੋਟੀ ਖਾਣ ਲਈ ਵੀ ਹੋਰ ਵਿਆਜ 'ਤੇ ਪੈਸਾ ਲੈਂਦੇ ਨੇ। ਇਸ ਲਈ ਜਦੋਂ ਤੱਕ ਇਹ ਸਾਡੀ ਇਕੋਨਮੀ ਦੇ ਵਿੱਚ 50% ਲੋਕ ਜਾਂ ਹੋਰ ਵਰਕਿੰਗ ਕਲਾਸ ਹੈ ਜਿਹੜੀ ਇਨਫੋਰਮਲ ਇੰਪਲਾਇਮੈਂਟ ਦੇ ਵਿੱਚ ਹੈਗੀ, 92% 8% ਹੈ ਪਹਿਲਾਂ ਦੀ ਫਿਗਰ, ਸਗੋਂ ਪਿਛਲੇ 10 ਸਾਲ ਪਹਿਲਾਂ ਦੀ, ਹੁਣ ਤਾਂ ਹੋਰ ਵੱਧ ਗਈ ਹੋਊਗੀ। ਜਦ ਤੱਕ ਉਹਦੀ ਆਮਦਨ ਨਹੀਂ ਵਧਾਉਂਦੇ, ਸਾਡੀਆਂ ਡਿਸਪੈਰਿਟੀਜ਼ ਵਧਣਗੀਆਂ, ਇਕੋਨਮੀ ਸਲੋ ਡਾਊਨ ਹੋਊਗੀ, ਇਹਦੇ ਵਿੱਚੋਂ ਇਕਨੋਮਿਕ, ਸੋਸ਼ੋ ਕਲਚਰਲ, ਪੋਲੀਟੀਕਲ ਅਤੇ ਹੋਰ ਵੱਖ ਵੱਖ ਜਿਹੜੇ ਅਹਿਮ ਵਿਗਾੜ ਹੈ ਉਹ ਸਾਹਮਣੇ ਆਉਣਗੇ। ਡਾਕਟਰ ਗਿਆਨ ਸਿੰਘ ਜੀ, ਤੁਸੀਂ ਇਸ ਗੱਲ ਦੇ ਨਾਲ ਸਹਿਮਤੀ ਰੱਖਦੇ ਹੋ ਕਿ ਇਹ ਜੋ ਦੱਸਿਆ ਜਾ ਰਿਹਾ, ਜੋ ਇੱਕ ਮੈਸੇਜ ਨੈਰੇਟਿਵ ਸਰਕਾਰ ਵੱਲੋਂ ਦਿੱਤਾ ਜਾ ਰਿਹਾ ਕਿ ਇਹ ਬਿੱਲਸ, ਜਾਂ ਆਪਾਂ ਸਰਕਾਰ ਵੀ ਨਹੀਂ ਕਵਾਂਗੇ ਇੱਥੇ ਜਸਟ ਫੋਰ ਦ ਸੇਕ ਆਫ ਆਬਜੈਕਟਿਵਨੈਸ, ਆਪਾਂ ਇਹ ਕਵਾਂਗੇ ਕਿ ਜੋ ਬਿੱਲ ਦੇ ਸਪੋਰਟਰਸ ਹਨ ਉਹਨਾਂ ਦੇ ਵੱਲੋਂ ਇਹ ਦੱਸਿਆ ਜਾ ਰਿਹਾ ਕਿ ਇੰਡੀਆ ਦੀ ਇਕੋਨਮੀ ਅਤੇ ਇੰਡੀਆ ਦੀ ਫੋਰਵਰਡ ਪ੍ਰੋਗਰੈਸ਼ਨ ਲਈ ਇਹ ਬਿੱਲ ਕਿੰਨੇ ਜ਼ਰੂਰੀ ਹਨ। ਤੁਸੀਂ ਇਸ ਗੱਲ ਦੇ ਨਾਲ ਸਹਿਮਤੀ ਰੱਖਦੇ ਹੋ ਕਿ ਇਕੋਨਮੀ ਨੂੰ, ਖਾਸ ਕਰਕੇ ਇੰਡੀਆ ਦੀ, ਜਿਸ ਤਰ੍ਹਾਂ ਤੁਸੀਂ GDP ਦੀ ਗੱਲ ਕਰ ਰਹੇ ਹੋ, ਕੋਈ ਵੀ ਬੈਨੀਫਿਟ ਹੋ ਸਕਦਾ ਹੈ ਇਨ ਕਾਨੂੰਨਾਂ ਦੇ ਨਾਲ? ਇਹ ਦੇਖੋ, ਜਿਹੜੇ 3 ਕਾਨੂੰਨ ਨੇ ਜਾਂ ਇਹਨਾਂ ਦੇ ਸਪੋਰਟਰ ਨੇ, ਉਹਨਾਂ ਨੂੰ ਬਹੁਤ ਚੰਗੀ ਤਰ੍ਹਾਂ ਪਤਾ ਹੈ। ਜਿਹੜੇ ਜਿਹਨਾਂ 3 ਕਾਨੂੰਨ ਬਣਾਏ ਨੇ ਉਹਨਾਂ ਨੂੰ ਵੀ ਪਤਾ ਹੈ, ਜਿਹੜੇ ਇਹਦੇ ਸਪੋਰਟਰ ਹੈ ਉਹਨਾਂ ਨੂੰ ਵੀ ਪਤਾ ਹੈ ਕਿ ਅਸੀਂ ਗਲਤ ਗੱਲਾਂ ਕਰ ਰਹੇ ਹੈਗੇ। ਜੇ 3 ਕਾਨੂੰਨ ਪੂਰੀ ਤਰ੍ਹਾਂ ਇੰਪਲੀਮੈਂਟ ਹੋ ਜਾਂਦੇ ਨੇ, ਇਹਦੇ ਨਾਲ ਕਿਸਾਨੀ ਦਾ ਉਜਾੜਾ ਹੋਊਗਾ। ਅੱਜ ਜੇ ਸਾਡੀ ਇਕੋਨਮੀ ਨੂੰ ਕੋਈ ਸਹਾਰਾ ਦੇ ਰਿਹਾ ਤੇ ਸਿਰਫ ਐਗਰੀਕਲਚਰ ਸੈਕਟਰ ਹੈ। ਐਗਰੀਕਲਚਰ ਸੈਕਟਰ ਵੀ ਇਸ ਲਈ ਹੈ ਕਿ ਉੱਥੇ ਕਿਸਾਨ ਬੈਠੇ ਨੇ। ਜਦੋਂ ਕਾਰਪੋਰੇਟਸ ਆਉਣਗੇ, ਉਹਨਾਂ ਨੇ ਫੂਡ ਸਿਕਿਉਰਿਟੀ ਤੋਂ ਕੀ ਲੈਣਾ, ਉਹਨਾਂ ਨੇ ਇਕੋਨਮੀ ਤੋਂ ਕੀ ਲੈਣਾ, ਉਹਨਾਂ ਨੂੰ ਸਿਰਫ ਆਪਦੇ ਪ੍ਰੋਫਿਟ ਚਾਹੀਦੇ ਨੇ। ਇਸ ਲਈ ਜੋ 3 ਕਾਨੂੰਨ ਲਾਗੂ ਹੋਣਗੇ, ਕਿਸਾਨਾਂ, ਖੇਤ ਮਜ਼ਦੂਰਾਂ, ਪੇਂਡੂ ਕਾਰੀਗਰਾਂ ਦਾ ਉਜਾੜਾ ਹੋਊਗਾ, ਇਹ ਕਿੱਥੇ ਜਾਣਗੇ? ਇਹਦੇ ਨਾਲ ਨਾਲ ਇੱਕ ਗੱਲ ਜਿਹੜੀ ਬੇਟਾ ਤੁਸੀਂ ਪਹਿਲਾਂ ਕਹੀ ਹੈ, ਸਭ ਤੋਂ ਵੱਡੀ ਮਾਰ ਇੱਥੋਂ ਦੇ ਖਪਤਕਾਰ ਨੂੰ ਪੈਣੀ ਹੈ ਕਿ ਜਦੋਂ ਸਟਾਕ ਕਰਨ ਦੀ ਲਿਮਿਟ ਖਤਮ ਕਰਤੀ, ਜਿਹੜਾ ਪਹਿਲਾਂ ਸਸਤਾ ਸਮਾਨ ਮਾਰਕੀਟ 'ਚੋਂ ਲਿਆ ਜਾਊਗਾ ਕਿਸਾਨਾਂ ਦਾ ਗਲ ਘੁੱਟ ਕੇ, ਬਾਅਦ 'ਚ ਫਿਰ ਆਪਦੇ ਕਬਜ਼ੇ ਕਰਕੇ ਆਪ ਹੀ ਪੈਦਾ ਕੀਤਾ ਜਾਊਗਾ, ਜਦ ਉਹ ਸਟਾਕ ਹੋ ਗਿਆ, ਸਟਾਕ ਕਰਕੇ ਮਾਰਕੀਟ 'ਚ ਇੰਨਾ ਰਿਲੀਜ਼ ਕੀਤਾ ਜਾਊਗਾ ਜਿਹਦੇ ਨਾਲ ਵੱਧ ਤੋਂ ਵੱਧ ਪ੍ਰਾਈਸ ਲੈ ਲਈ ਜਾਵੇ। ਸੋ ਜਦੋਂ 3 ਕਾਨੂੰਨ ਪੂਰੀ ਤਰ੍ਹਾਂ ਲਾਗੂ ਹੋ ਜਾਂਦੇ ਆ, ਕਾਰਪੋਰੇਟ ਫਾਰਮਿੰਗ ਵੱਲ ਨੂੰ ਵਧਾਂਗੇ ਅਤੇ ਕਿਸਾਨਾਂ ਦਾ, ਖੇਤ ਮਜ਼ਦੂਰ, ਪੇਂਡੂ ਕਾਰੀਗਰਾਂ ਦਾ ਉਜਾੜਾ ਕਰਾਂਗੇ, ਤਾਂ ਇਹਦੇ ਨਾਲ ਮੈਨੂੰ ਤਾਂ ਕੋਈ ਇਕੋਨਮੀ ਅੱਗੇ ਜਾਂਦੀ ਲੱਗਦੀ ਨਹੀਂ। ਇਕੋਨਮੀ, ਜਿਹੜਾ ਆਰਥਿਕ ਵਿਕਾਸ ਹੁੰਦਾ ਹੈ, ਇਹ ਮਹੱਤਵਪੂਰਨ ਹੁੰਦਾ ਹੈ, ਪਰ ਮਹੱਤਵਪੂਰਨ ਤਾਂ ਹੁੰਦਾ ਹੈ ਜੇ ਇਹਦੇ ਬੈਨੀਫਿਟ ਥੱਲੇ ਵਾਲੇ ਸੈਕਸ਼ਨ ਨੂੰ ਜ਼ਿਆਦਾ ਜਾਣ ਅਤੇ ਇਕਨੋਮਿਕ ਡਿਸਪੈਰਿਟੀਜ਼ ਘਟਣ। ਪਰ ਸਾਡੇ ਦੇਸ਼ 'ਚ ਤਾਂ ਮੈਂ ਤੁਹਾਨੂੰ ਦੱਸਿਆ ਸੀ ਵੀ 55% ਤੋਂ 16% ਹਿੱਸਾ ਹੋ ਗਿਆ ਇਹਨਾਂ ਦਾ, 50% ਲੋਕਾਂ ਦਾ। ਜੇ ਇਸ ਤਰ੍ਹਾਂ ਹਿੱਸਾ ਘਟਾਉਂਦੇ ਜਾਵਾਂਗੇ, ਇਹਨਾਂ ਦਾ ਗਲ ਘੁੱਟ ਕੇ ਇਹਦੇ ਵਿੱਚੋਂ ਕੀ ਕੱਢਾਂਗੇ? ਇਹਨੇ ਖੁਦਕੁਸ਼ੀਆਂ 'ਚੋਂ ਅਸੀਂ ਕੀ ਲਵਾਂਗੇ? ਅਤੇ ਅਮਰ ਵੇਲ ਬਹੁਤਾ ਰਸ ਚੂਸ ਕੇ, ਇਹ ਬਹੁਤ ਤਕੜੀ ਨਹੀਂ ਹੋ ਜਾਂਦੀ, ਅਮਰ ਵੇਲ ਵੀ ਸੁੱਕ ਕੇ ਧਰਤੀ 'ਤੇ ਗਿਰ ਪੈਂਦੀ ਹੈ। ਇਸ ਲਈ ਰਸ ਚੂਸਣ ਵਾਲਿਆਂ ਨੂੰ ਥੋੜ੍ਹੀ ਬਹੁਤ ਸ਼ਰਮ ਹਿਆ ਕਰਨੀ ਚਾਹੀਦੀ ਹੈ, ਥੋੜ੍ਹਾ ਬਹੁਤ ਸੋਚਣਾ ਚਾਹੀਦਾ ਕਿ ਅਸੀਂ ਕਿੱਧਰ ਨੂੰ ਜਾ ਰਹੇ ਹਾਂ ਅਤੇ ਕੀ ਕਰ ਰਹੇ ਹਾਂ। ਜੀ, ਤੁਸੀਂ ਸ਼ਰਮ ਦੀ ਗੱਲ ਕੀਤੀ, ਇਹ ਤਾਂ ਸਾਨੂੰ ਸਰਕਾਰ ਦੇ ਵਿੱਚ ਬਹੁਤਾ ਨਹੀਂ ਵੇਖਣ ਨੂੰ ਮਿਲਦਾ, ਤੇ ਜਿਸ ਤਰ੍ਹਾਂ ਇਸ ਵੇਲੇ ਗੁਜਰਾਤ ਡਿਵੈਲਪ ਹੋ ਰਹੀ ਹੈ, ਖਾਸ ਕਰਕੇ ਮੈਂ ਬਾਰ ਬਾਰ ਇਹ ਚੀਜ਼ ਦੁਹਰਾ ਰਹੀ ਹਾਂ ਸਾਡੇ ਵਿਊਅਰ ਲਈ, ਜੋ ਇੱਥੇ ਜਿੰਨਾ ਮਰਜ਼ੀ ਉਹਨਾਂ ਦਾ ਜੀ ਕਰੇ ਨਹੀਂ ਇੱਥੇ ਫਿਜ਼ੀਕਲੀ ਨਹੀਂ ਪਹੁੰਚ ਸਕਦੇ, ਮੈਂ ਆਪਣੇ ਨਜ਼ਰੀਏ ਤੋਂ ਇਹ ਚੀਜ਼ ਤੁਹਾਡੇ ਨਾਲ ਸਾਂਝੀ ਕਰਨਾ ਚਾਹੁੰਦੀ ਹਾਂ। ਇੰਨੀ ਔਖੀ ਕੰਡੀਸ਼ਨਸ ਹਨ, ਸਾਡੇ ਬਜ਼ੁਰਗ 80-80 ਸਾਲ ਦੇ ਬਜ਼ੁਰਗ ਨੇ ਠੰਡ ਵਿੱਚ ਬੈਠੇ ਹੋਏ, ਡਟ ਕੇ ਬੈਠੇ ਹੋਏ ਹੈ। ਇਸ ਚੀਜ਼ ਦੀ ਕੋਈ ਦੋਰਾਵਾ ਨਹੀਂ ਕਿ ਉਹਨਾਂ ਦਾ ਹੌਸਲਾ ਬਿਲਕੁਲ ਬੁਲੰਦ ਹੈ, ਬਟ ਦਰਦ ਹੁੰਦਾ ਹੈ ਦੇਖ ਕੇ ਕੋਈ ਫਰਕ ਨਹੀਂ ਪੈ ਰਿਹਾ।
कि जिस सरकार दा मकसद ही अपने लोगों की प्रोटेक्शन होनी चाहिए है, 100 तो वध शहीद हो गए इस अंदोलन दे विच, उन्हां नूं फर्क नहीं पै रहा कि इन्नी सर्दी दे विच, इन हालातों दे विच हले भी इन्ने लोग बैठे हुए हैं। इत्थे एक छोटी जी ब्रेक ले रुकदे, डॉक्टर ज्ञान सिंह जी साडे नाल जुड़े, तुसीं जुड़े रहो, लाइव प्रोग्राम पेश करांगे ब्रेक तों बाद। स्वागत व्यूअर्स नूं दसना चाहुंदी आ, हर रोज तुहानूं कोई वक्री लुक वेखण नूं मिलदी है प्रोग्राम दे विच, जिस तरह ये फील्ड रिपोर्टिंग सानूं जिथे जिथे लैके जाती है उत्थों ही प्रोग्राम तुहाडे नाल पेश करन दी साडी कोशिश हुंदी है। सो होपफुली तुहानूं इस चीज नाल सहमति है। कुछ कॉलर्स भी साडे नाल जुड़ चुके हैं, पहले उन्होंने तो सुन लेंगे। मैं टेक टीम रिक्वेस्ट करांगी जो साडे कॉलर्स जुड़े हैं उन्होंने प्लीज तुसी ऑन एयर पैच कर दो। हेलो, सत श्री अकाल जी, तुसी लाइव ऑन एयर। हेलो, हां जी हां जी, तुसी लाइव हो, तुसी बोल सकते हो, अपना कमेंट दसो। मैं क्या आवाज क्लियर नहीं आउंदी, कोई नुक्स आ? हां जी हां जी, तुसी अपना कमेंट रखो, कोई गल नहीं, तुहाडी आवाज साडे कोल पहुंच रही है। गरीबा ले वजीफ, मैं हुण दो तीन कुड़ियां पढ़ा रहा अमरीका दे पैसे देके। अच्छा, हुण अपने हुण एक बंदा मिनिस्टर, तुहानू पता होना, खाली 62 करोड़ रुपया गरीबा ले आया था स्कूल पढ़ लई, ओ आपे बंद लिया नहीं। इंडिया वर्गा बना देना, क्यों हौली हौली जे ना इतना कंट्रोल होया ते हुण एक दा मामला बहुत ज्यादा आ, गरीब दा गल घुट रहा होर गरीब दा। दूसरा हुण मटर बीजिया से इस साल, मैं पूछा क्या बनिया, कहंदा जी कुछ नहीं बनिया, साडी मेहनत भी नहीं मुड़ी सानू, ते गोभी दा भी हवा लिया, ते पर हुण डाक्टर साहब दी सेहत चंगी आ, कोई गरीब नाल मिला के देख लो ओहदी माड़ी है, क्यों डाक्टर साहब ने पढ़े लिखे आ, चंगा खाना खाना, गरीब नूं तां रोटी भी नहीं मिलदी। मैं तो यह कहता भी जमे अमरीका जमा ते चंगी गल आ, उत्थे रोटी तां मिलू चंगी। फैक्ट्रियां सारियां बंद कर दित्तियां, मैं बस विच गया था दिल्ली नूं, ओ खन्ना सारा ही खाली पिया, कोई कह पुछा नहीं, इस करके मुल्क का सवाल, मैं मरे जाना ते मैं नहीं हो गई। देखो तुसी हौसला बुलंद करना, साडे जो बुजुर्ग इत्थे बैठे हुए है ओह भी किन्ने तुसी कह लो ना लाइक पैशन दे नाल, जोश दे नाल इत्थे बैठे हुए, ते तुहाडे तो मैं इदां दी गल नहीं सुनना चाहुंदी। डॉक्टर ज्ञान सिंह जी, समां साडे कोल ज्यादा नहीं रह गया, बट जांदे जांदे मैं सिर्फ एक कमेंट तुहाडे तो लैना चाहुंदी आ, इकोनॉमिक्स नूं लै के तुहाडी लाइफ टाइम एक्सपर्टीज हैगी, सानूं इह इकोनॉमिक्स की दसदा है कि एक पासे तक किसानी दी गल है कि किसानां नूं ते खेतीबाड़ी नूं किस तरह इह कानूनां दा लंबे समय ते अफेक्ट होएगा, ना कि सिर्फ हुणे, है ना, लंबे समय ते किस तरह इस पूरी इंडस्ट्री नूं ते इंडस्ट्री नाल जुड़े हुए लोकां नूं इंपैक्ट करूगा। कंज्यूमर दी जदों गल आंदी है, लोकी जागरूक हो रहे हन, बट इन्नी ज्यादा जानकारी इस चीज बारे नहीं दित्ती जा रही कंज्यूमर्स ले। अगर आप 5-10 साल की गल करिए इन द फ्यूचर इंडिया दे विच, ए तीन कानून कंज्यूमर्स नूं किस तरह इंपैक्ट करनगे लंबे समय दे विच? देखो बेटा, ये गल है बहुत ब्रीफली, पहली गल जिहड़े तुहाडे व्यूअर देख रहे सी, ए मैं उन्हां नाल सहमत हां कि राष्ट्रीय प्रदूषण हैगा, इहदे कोई रौला नहीं, राष्ट्रीय प्रदूषण है। ते दूजी गल ये कहिंदे पुछण वाले कोई नहीं, नहीं बेटा तुसीं दिल्ली बैठे हो, पुछण वालिआं तां मतलब लखां दी गिणती च पुछण वाले बैठे ने, उठ खड़े होए ने, है ना। ते उन्हां ने मेरी सेहत बारे कहा, मेरी सेहत चंगी है तां ही मैं तुहाडे नाल गल कर रिहा, ते मैं उन्हां लोकां दे बारे गल कर रिहा जिन्हें सेहत चंगी नहीं हैगी। हुण तुसीं उन्हां लोकां दी गल कीती है जिन्हें सेहत होर माड़ी होण जा रही है,
ਕਿਉਂਕਿ ਜੇ ਤਿੰਨੇ ਕਾਨੂੰਨ ਬਹੁਤ ਤੇਜ਼ੀ ਨਾਲ ਤੇ ਬਹੁਤ ਇੰਟੈਂਸੀ ਨਾਲ ਲਾਗੂ ਕਰ ਦਿੱਤੇ ਜਾਂਦੇ ਆ ਤਾਂ ਕਿਸਾਨਾਂ, ਖੇਤ ਮਜ਼ਦੂਰਾਂ, ਪੇਂਡੂ ਕਾਰੀਗਰਾਂ ਦਾ ਉਜਾੜਾ ਹੋਊਗਾ, ਕਾਰਪੋਰੇਟਸ ਦਾ ਕਬਜ਼ਾ ਹੋਊਗਾ। ਕਾਰਪੋਰੇਟਸ ਜਿਹੜਾ ਕੁਛ ਪ੍ਰੋਡਿਊਸ ਕਰਨਗੇ ਉਹ ਕੀ ਸਾਡੇ ਦੇਸ਼ ਲਈ ਪ੍ਰੋਡਿਊਸ ਕਰਨਗੇ? ਨਹੀਂ, ਉਹ ਤਾਂ ਇੰਟਰਨੈਸ਼ਨਲ ਮਾਰਕੀਟ 'ਚ ਜਿੱਥੇ ਉਹਨਾਂ ਨੂੰ ਵੱਧ ਪੈਸੇ ਮਿਲਦੇ ਆ, ਜਿੱਥੇ ਵੱਧ ਮੁਨਾਫਾ ਮਿਲਦਾ ਹੈ, ਉੱਥੇ ਲਈ ਪ੍ਰੋਡਿਊਸ ਕਰਨਗੇ। ਜੇ ਉੱਥੇ ਲਈ ਪ੍ਰੋਡਿਊਸ ਕਰਨਗੇ, ਜਿਹੜਾ ਉਹਨਾਂ ਦੇ ਗੋਡਾਊਨ 'ਚ ਹੋਊਗਾ ਉਹ ਤਾਂ ਕਿਸੇ ਦਾ ਕੰਟਰੋਲ ਨਹੀਂ ਹੋਊਗਾ। ਹੁਣ FSA ਦੇ ਗੋਡਾਊਨ ਸਰਕਾਰੀ ਕੰਟਰੋਲ ਥੱਲੇ ਨੇ। ਇਸ ਲਈ ਆਉਣ ਵਾਲੇ ਟਾਈਮ 'ਚ ਜੇ ਤਿੰਨੇ ਲਾ ਸਖਤੀ ਨਾਲ ਲਾਗੂ ਕਰਤੇ ਤੇ ਇੱਥੋਂ ਕਿਸਾਨੀ ਖੇਤ ਮਜ਼ਦੂਰਾਂ ਦਾ ਉਜਾੜਾ ਕੀਤਾ, ਪਿੰਡ ਛੋਟੇ ਕਾਰੀਗਰਾਂ ਦਾ, ਤਾਂ ਸਾਡਾ ਜਿਹੜਾ ਆਮ ਖਪਤਕਾਰ ਹੈ ਉਹ ਹੋਰ ਮਾੜੀ ਹਾਲਤ 'ਚ ਪਹੁੰਚ ਜਾਊਗਾ। ਜੀ ਬਿਲਕੁਲ ਬਿਲਕੁਲ। ਇੱਕ ਵਾਰੀ ਫਿਰ ਡਾਕਟਰ ਗਿਆਨ ਸਿੰਘ ਜੀ, ਫਾਰਮਰ ਪ੍ਰੋਫੈਸਰ ਡਿਪਾਰਟਮੈਂਟ ਆਫ ਇਕਨੋਮਿਕਸ ਪੰਜਾਬੀ ਯੂਨੀਵਰਸਿਟੀ ਪਟਿਆਲਾ, ਤੁਸੀਂ ਸਾਡੇ ਨਾਲ ਜੁੜਦੇ ਰਹਿੰਦੇ ਹੋ, ਐਂਡ ਮੈਂ ਜ਼ਰੂਰ ਤੁਹਾਨੂੰ ਰਿਕੁਐਸਟ ਕਰਾਂਗੀ ਕਿ ਫਿਰ ਆ ਕੇ ਸਾਡੇ ਨਾਲ ਜੁੜੋ। ਤੁਹਾਡੀ ਵੈਲਥ ਆਫ ਨੌਲੇਜ ਕੀ ਸਾਡੇ ਲਈ ਖਾਸ ਕਰਕੇ ਇਸ ਸਮੇਂ ਦੇ ਵਿੱਚ ਇੰਨੀ ਜ਼ਿਆਦਾ ਅਹਿਮੀਅਤ ਰੱਖਦੀ ਹੈ। ਸੋ ਇੱਕ ਵਾਰੀ ਫਿਰ ਡਾਕਟਰ ਸਾਹਿਬ, ਥੈਂਕ ਯੂ ਸੋ ਮਚ ਫੋਰ ਜੁਆਇਨਿੰਗ, ਹੈਵ ਅ ਗੁੱਡ ਰੈਸਟ ਆਫ ਈਵਨਿੰਗ। ਸਤਿ ਸ਼੍ਰੀ ਅਕਾਲ। ਥੈਂਕ ਯੂ ਬੇਟਾ, ਥੈਂਕ ਯੂ, ਸਤਿ ਸ਼੍ਰੀ ਅਕਾਲ। ਐਂਡ ਮੈਂ ਡਾਕਟਰ ਵਿਊਅਰਸ ਲਈ ਥੋੜੀ ਜਿਹੀ ਅਨਾਊਂਸਮੈਂਟ ਇੱਥੇ ਤੁਹਾਨੂੰ ਦੱਸਣਾ ਚਾਹੁੰਦੀ ਹਾਂ। ਆਈ ਹੈਵ ਅ ਬਿਗ ਅਨਾਊਂਸਮੈਂਟ ਤੁਹਾਡੇ ਲਈ। ਸਭ ਤੋਂ ਪਹਿਲੇ ਤਾਂ ਮੈਂ ਇਹ ਦੱਸਣਾ ਚਾਹੁੰਦੀ ਹਾਂ ਕਿ ਦੇਖੋ ਜੀ, ਮੋਰਚੇ ਤੋਂ ਲੈ ਕੇ ਇੰਨੀ ਜ਼ਿਆਦਾ ਅਪਡੇਟਸ ਆ ਰਹੀਆਂ ਸਨ, ਆਪਾਂ ਇੱਥੇ ਗਰਾਊਂਡ ਤੇ ਹੈਗੇ, ਸਾਨੂੰ ਸੀਗਾ ਕਿ ਕਿਸ ਤਰ੍ਹਾਂ ਤੁਹਾਨੂੰ ਸਾਰਾ ਟਾਈਮ ਜੋ ਇੱਥੇ ਹੋ ਰਿਹਾ ਹੈ ਉਹ ਪ੍ਰੋਵਾਈਡ ਕੀਤਾ ਜਾਏ, ਤੇ ਖਾਸ ਕਰਕੇ ਜੋ ਇੱਥੇ ਲੋਕੀ ਜੁੜੇ ਹਨ ਉਹਨਾਂ ਨੂੰ ਇਹ ਦੱਸਿਆ ਜਾਏ ਕਿ ਇੱਕ ਦੂਜੇ ਨਾਲ ਉਹਨਾਂ ਨੂੰ ਕਿਸ ਤਰ੍ਹਾਂ ਕਨੈਕਟ ਕੀਤਾ ਜਾਏ। ਸੋ ਇਸ ਚੀਜ਼ ਨੂੰ ਲੈ ਕੇ ਇੱਕ ਵਾਰੀ ਫਿਰ ਸਾਡਾ ਕੰਮ ਟੀਵੀ ਹੈ, ਸਾਡਾ ਕੰਮ ਲੋਕਾਂ ਨੂੰ ਕਨੈਕਟ ਕਰਨਾ ਹੈ ਪ੍ਰੋਗਰਾਮਿੰਗ ਦੇ ਰਾਹੀਂ। ਸੋ ਆਪਾਂ ਸੋਚਿਆ ਕਿ ਕਿਉਂ ਨਾ ਕੋਈ ਇੱਕ ਨਵਾਂ ਜ਼ਰੀਆ, ਇੱਕ ਨਵਾਂ ਪਲੈਟਫਾਰਮ ਦਿੱਤਾ ਜਾਏ, ਸਿਰਫ ਤਾਂ ਸਿਰਫ ਮੋਰਚੇ ਦੀ ਖ਼ਬਰਾਂ, ਅਪਡੇਟਸ, ਇਵੈਂਟਸ ਨੂੰ ਲੈ ਕੇ, ਨਾ ਕਿ ਸਿਰਫ ਦੋ ਮੋਰਚੇ ਦੇ ਹਿੱਸੇਦਾਰ ਹਨ ਉਹਨਾਂ ਨੂੰ ਇੱਕ ਦੂਜੇ ਨਾਲ ਕਨੈਕਟ ਕਰਨ ਲਈ, ਬਟ ਤੁਹਾਨੂੰ, ਤੁਸੀਂ ਉੱਥੇ ਬੈਠੇ ਹੋ, ਤੁਸੀਂ ਇੱਥੇ ਕਨੈਕਟ ਹੋਣਾ ਚਾਹੁੰਦੇ ਹੋ, ਜਾਣਕਾਰੀ ਪਾਉਣਾ ਚਾਹੁੰਦੇ ਹੋ, ਤੁਹਾਨੂੰ ਕਿਸ ਤਰ੍ਹਾਂ ਇਹ ਚੀਜ਼ ਦਿੱਤੀ ਜਾਏ। ਸੋ ਆਪਾਂ ਇੱਕ ਜਸਟ ਟੀਵੀ ਲਾਈਵ ਸਟ੍ਰੀਮਿੰਗ ਯੂਟਿਊਬ ਤੇ ਸਟ੍ਰੀਮ ਜਾਰੀ ਕਰਤੀ ਹੈ, ਤੁਸੀਂ ਉਹਨੂੰ ਸਬਸਕ੍ਰਾਈਬ ਕਰਕੇ ਮੋਰਚੇ ਦੇ ਨਾਲ ਜੁੜੀ ਹੋਈ ਸਾਰੀ ਚੀਜ਼ਾਂ ਵੇਖ ਸਕਦੇ ਹੋ। ਐਂਡ ਮੈਨੂੰ ਹੋਰ ਵੀ ਖੁਸ਼ੀ ਹੋ ਰਹੀ ਹੈ ਕਿ ਇਹ ਚੀਜ਼ ਦੀ ਸ਼ੁਰੂਆਤ ਦੇ ਵਿੱਚ, ਵਾਂਸ ਅਗੇਨ ਅੱਜ 20 ਤਰੀਕ ਹੋ ਚੁੱਕੀ ਹੈ ਇੰਡੀਆ ਦੇ ਵਿੱਚ, ਗੁਰੂ ਗੋਬਿੰਦ ਸਿੰਘ ਜੀ ਦੀ ਪ੍ਰਕਾਸ਼ ਪੁਰਬ ਦੇ ਲਈ ਇੱਕ ਸਪੈਸ਼ਲ ਪ੍ਰੋਗਰਾਮ ਜੋ ਬਹਾਦੁਰਗੜ੍ਹ ਦੀ ਰੈਨ ਬਸੇਰਾ ਬੱਸ ਸਟਾਪ ਤੇ ਥਾਂ ਲਿੱਤੀ ਗਈ ਹੈ, ਉੱਥੇ ਖਡੂਰ ਸਾਹਿਬ ਦੀ ਟੀਮ ਨਿਸ਼ਾਨੀ ਸਿੱਖੀ ਇਨ ਕੰਜੰਕਸ਼ਨ ਵਿੱਚ ਜੋ ਇੱਥੇ ਲੋਕਲ ਬਹਾਦੁਰਗੜ੍ਹ ਦੀ ਗੁਰਦੁਆਰਾ ਟੀਮ ਹੈ ਉਹਨਾਂ ਦੇ ਵੱਲੋਂ ਖਾਸ ਲਾਈਵ ਪ੍ਰੋਗਰਾਮ ਤੁਹਾਡੇ ਨਾਲ ਪੇਸ਼ ਕਰਾਂਗੇ ਜਸਟ ਪੰਜਾਬੀ ਦੇ। ਤੁਸੀਂ ਵੈਨਸਡੇ ਜਨਵਰੀ 20th 7:30 AM ਈਸਟਰਨ ਤੋਂ ਲੈ ਕੇ ਦੇਖ ਸਕਦੇ ਹੋ। ਇੱਕ ਵਾਰ ਫਿਰ ਇਹ ਪ੍ਰੋਗਰਾਮ ਜਸਟ ਪੰਜਾਬੀ ਤੇ ਲਾਈਵ ਪੇਸ਼ ਹੋਏਗਾ, ਤੇ ਜਿਸ ਤੁਸੀਂ ਸਕਰੀਨ ਤੇ ਦੇਖ ਰਹੇ ਹੋ ਜੋ ਸਾਡਾ ਨਵਾਂ ਯੂਟਿਊਬ ਚੈਨਲ ਸਟ੍ਰੀਮਿੰਗ, ਸਿਰਫ ਤਾਂ ਸਿਰਫ ਮੋਰਚੇ ਦੀ ਇਵੈਂਟਸ ਨੂੰ ਲੈ ਕੇ ਆਪਾਂ ਸ਼ੁਰੂ ਕੀਤਾ, ਉਹਦੇ 'ਤੇ ਵੀ ਇਹ ਲਾਈਵ ਪੇਸ਼ ਹੋਏਗਾ। ਇੱਕ ਵਾਰੀ ਫਿਰ 7:30 AM ਆਨਵਰਡਸ ਈਸਟਰਨ ਇਹ ਜਨਵਰੀ 20th ਵੈਨਸਡੇ ਤੁਹਾਡੇ ਕੱਲ੍ਹ ਸਵੇਰੇ 7:30 AM ਈਸਟਰਨ ਲਾਈਵ ਇੱਥੋਂ ਬਹਾਦੁਰਗੜ੍ਹ ਤੋਂ ਖਡੂਰ ਸਾਹਿਬ ਦੀ ਟੀਮ ਗੁਰੂ ਗੋਬਿੰਦ ਸਿੰਘ ਜੀ ਦੀ ਪ੍ਰਕਾਸ਼ ਪੁਰਬ ਲਈ ਇੱਕ ਸਪੈਸ਼ਲ ਕੀਰਤਨ ਪ੍ਰੋਗਰਾਮ ਤੁਹਾਡੇ ਲਈ ਪੇਸ਼ ਕਰਾਂਗੇ ਬਿਲਕੁਲ ਲਾਈਵ ਜਸਟ ਪੰਜਾਬੀ ਤੇ ਵੀ। ਤੇ ਅਗਰ ਤੁਸੀਂ ਜਸਟ ਪੰਜਾਬੀ ਨਹੀਂ ਵੇਖ ਸਕਦੇ ਕਿਸੇ ਵੀ ਰੀਜ਼ਨ ਲਈ, ਤੁਸੀਂ ਯੂਟਿਊਬ ਤੇ ਜਾ ਕੇ ਜਸਟ TV-Live ਸਟ੍ਰੀਮਿੰਗ ਤੇ ਇਹ ਵੇਖ ਸਕਦੇ। ਉੱਥੇ ਹੋਰ ਵੀ ਵੱਖ ਵੱਖ ਮੋਰਚੇ ਰਿਲੇਟਡ ਪ੍ਰੋਗਰਾਮ ਤੁਹਾਡੇ ਨਾਲ ਪੇਸ਼ ਕਰਦੇ ਰਹਾਂਗੇ। ਮੇਰੇ ਲਈ ਕੋਈ ਕੁਐਸਚਨ, ਕਮੈਂਟਸ, ਕੰਸਰਨਸ ਤੁਸੀਂ ਲਿਖ ਸਕਦੇ ਹੋ info@justbroadcasting.com, ashmita@justbroadcasting.com। ਹੁਣ ਮੈਨੂੰ ਦਿਓ ਇਜਾਜ਼ਤ, ਸਤਿ ਸ਼੍ਰੀ ਅਕਾਲ।